ਪਾਸੇ ਜੋ ਟੀਮ ਹੈ ਪਿੰਡ ਝਾਂਡਿਆਂ ਦੀ ਟੀਮ ਆ ਤੇ ਦੂਜੇ ਪਾਸੇ ਪਿੰਡ ਘਰੋਟੀ ਦੀ ਟੀਮ ਹੈ ਕੁਲਵਿੰਦਰ ਸਿੰਘ ਜਟਾਣੇ ਵੱਲੋਂ ਇਸ ਜੱਫੇ ਤੋਂ ਖੁਸ਼ ਹੋ ਕੇ 50 ਰੁਪਏ ਦੇ ਮਾਣ ਨੇ ਕੁਲਵਿੰਦਰ ਸਿੰਘ ਜੀ ਜਟਾਣਾ ਜਿਹੜਾ ਮੇਰਾ ਵੀਰ ਸਵੇਰ ਤੋਂ ਨੋਟਾਂ ਦੀ ਬਰਸਾਤ ਕਰ ਰਿਹਾ ਖਿਡਾਰੀਆਂ ਤੇ ਕਰੀਬ 1000 ਕੁ ਰੁਪਈਆ ਹੁਣ ਤੱਕ ਖਿਡਾਰੀਆਂ ਨੂੰ ਦੇ ਚੁੱਕਿਆ ਬਹੁਤ ਬਹੁਤ ਧੰਨਵਾਦ ਕੁਲਵਿੰਦਰ ਸਿੰਘ ਜਟਾਣੇ ਦਾ ਤੇ ਜਾਫੀ ਦੇ 50 ਰੁਪਏ ਮੇਰੇ ਕੋਲ ਪਹੁੰਚ ਚੁੱਕੇ ਨੇ ਇਧਰ ਝਾਂਡਿਆਂ ਦੀ ਟੀਮ ਲਈ ਦਰਸ਼ਕ ਵੀਰੋ ਕੜਿਆਣੇ ਵਾਲੇ ਓਮ ਦਾ ਪਿੰਡ ਕਬੱਡੀ ਪਾਉਣ ਚੱਲਿਆ ਹੈ ਮੱਤੇ ਵਾਲੇ ਗੌਸਗੜ ਦੇ ਲਾਗੇ ਰਾਹੋ ਰੋਡ ਤੇ ਪਿੰਡ ਵਸਿਆ ਹੋਇਆ ਹੈ ਇਸ ਨੌਜਵਾਨ ਦਾ ਮੋਨੂ ਨਾਮ ਹੈ ਮੇਰੇ ਵੀਰੋ ਤੇ ਕੜਿਆਣਾ ਪਿੰਡ ਹੈ ਬੁਆਏ ਟੀਮ ਦੇ ਕਿਸੇ ਜੋੜ ਗਿਆ ਹੈ ਉਧਰ ਬਹੁਤ ਸਤਿਕਾਰਯੋਗ ਵੀਰ ਵਿਕਰ ਸਿੰਘ ਜੀ ਨਾਤਾ ਵਿਸ਼ੇਸ਼ ਤੌਰ ਤੇ ਪੁੱਜ ਗਿਆ ਹੈ ਭਾਈ ਵਿੰਦਰ ਗਰੇਵਾਲ ਹੋਣੀ ਤੇ ਪ੍ਰੀਤਮ ਗਰੇਵਾਲ ਹੋਣੀ ਬੀਲਾ ਪਿੰਡ ਹੈ ਔਰ ਕੈਨੇਡਾ ਦੇ ਸ਼ਹਿਰ ਬੈਨਕੂਰ ਵਿੱਚ ਵਸਦੇ ਹੈ ਉਹਨਾਂ ਦੇ ਨਾਲ ਭਾਈਆਂ ਤੋਂ ਵੱਡ ਪਿਆਰ ਹੈ ਵਿਕਰ ਸਿੰਘ ਜੀ ਨੱਤਜੀਆਂ ਦਾ ਤੇ 20 ਤੇ 21 ਤਰੀਕ ਦੇ ਸੱਦੇ ਦੇ ਰਹੇ ਹੈ ਸਤਯੋਤ ਨਗਰ ਵਿੱਚ ਕਬੱਡੀ ਕੱਪ ਕਰਵਾਇਆ ਜਾਣਾ ਹੈ ਪਾਵੀ ਨੌਜਵਾਨ ਹੈ ਅਗਲੀ ਕਬੱਡੀ ਇਧਰ ਝਾਂਡਿਆਂ ਦੀ ਟੀਮ ਦੇ ਲਈ ਨੌਜਵਾਨ ਮੋਨੂ ਮੇਰੇ ਵੀਰੋ ਕੜਿਆਣੇ ਪਿੰਡ ਵਾਲਾ ਕਬੱਡੀ ਪਾਉਣ ਚੱਲਿਆ ਹੈ ਲੋਹਾਰੇ ਗਰੁੱਪ ਵੱਲੋਂ 200 ਰੁਪਈਏ ਦੇ ਮਾਸਕਰ ਕੀਤੇ ਜਾਣਗੇ ਜਿਹੜੀ ਟੀਮ ਇਸ ਮੁਕਾਬਲੇ ਦੀ ਜੇਤੂ ਟੀਮ ਬਣਦੀ ਹੈ ਮਾਨਕੀ ਤੇ ਬਲਾਲਾ ਇੱਕ ਕਬੱਡੀ ਇੱਕ ਪਿੰਡ ਓਪਨ ਦਾ ਜੋ ਪਹਿਲਾ ਮੁਕਾਬਲਾ ਕਰਾਇਆ ਜਾਣਾ ਹੈ ਟੀਮਾਂ ਨੋਟ ਕਰਨ ਮਲਕ ਤੇ ਮੋਰੋ ਮੰਡੀ ਪਵਾ ਖਾਗਰ ਤੇ ਪਿੰਡ ਕਨੇਚ ਰੋਡੀਵਾਲ ਤੇ ਫੁੱਲਾਵਾਲ ਅਖਾੜਾ ਤੇ ਮਲੌਦ ਰੋੜੀਆਂ ਇਹ ਕਬੱਡੀ ਇੱਕ ਪਿੰਡ ਓਪਨ ਦੇ ਖਿਡਾਰੀ ਮੁਕਾਬਲੇ ਨੋਟ ਕਰਨ ਮਾਨਕੀ ਤੇ ਬਲਾਲਾ ਇਸ ਤੋਂ ਅਗਲਾ ਮੈਚ ਜੋ ਕਬੱਡੀ ਇੱਕ ਪਿੰਡ ਓਪਨ ਦਾ ਹੋਣਾ ਹੈ ਇਹ ਟੀਮਾਂ ਨੋਟ ਕਰ ਲੈਣ ਲੋਹਾਰਾ ਗਰੁੱਪ ਦੀ ਤਰਫੋਂ ਜਿਹੜੀ ਟੀਮ ਇਸ ਮੈਚ ਦੀ ਜੇਤੂ ਟੀਮ ਬਣਦੀ ਹੈ 200 ਰੁਪਈਏ ਦੇ ਮਾਣ ਸਤਿਕਾਰ ਕੀਤੇ ਜਾਣਗੇ ਭਾਵੀ ਝਾਂਡਿਆਂ ਵਾਲਿਆ ਅਗਲੀ ਕਬੱਡੀ ਪ੍ਰਿਤਪਾਲ ਸਿੰਘ ਜੀ ਦਿਆਲ ਯੂਐਸਏ ਚੱਕ ਸਰਾਏ ਵਾਲੇ ਜਿਨ੍ਹਾਂ ਨੇ ਇਸ ਕਬੱਡੀ ਕੱਪ ਨੂੰ 41,000 ਰੁਪਈਆ ਦੇ ਕੇ ਮਾਨ ਸਨਮਾਨ ਜਿਹੜਾ ਦਿੱਤਾ ਹੈ ਇਧਰ ਖੇਡ ਕਬੱਡੀ 75 ਕਿਲੋ ਦੇ ਸੈਮੀਫਾਈਨਲ ਮੈਚ ਹੋ ਰਹੇ ਹੈ ਇੱਕ ਪਾਸੇ ਕਹਿੰਦੇ ਨੌਜਵਾਨ ਘਰੋਟੀ ਪਿੰਡ ਮੇਰੇ ਵੀਰੋ ਸੁੱਖ ਭੰਦੇਰ ਜੀਆਂ ਦਾ ਪਿੰਡ ਹੈ ਕਬੱਡੀ ਦੇ ਸੁਪਰ ਸਟਾਰਾਂ ਦਾ ਪਿੰਡ ਹੈ ਇਧਰ ਵੱਜ ਗਈ ਕੈਂਚੀ ਦੇ ਪੁਆਇੰਟ ਇਸ ਨੌਜਵਾਨ ਦੇ ਕਿਸੇ ਪਾਵੀ ਘਰੋਟੀ ਵਾਲੇ ਹੈ ਅਗਲੀ ਕਬੱਡੀ 4-5 ਮਾਰਚ ਪਿੰਡ ਲੋਪਾ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਹੈ ਨੇੜੇ ਸਮਰਾਲਾ ਮੇਰੇ ਵੀਰੋ ਕਬੱਡੀ ਇੱਕ ਪਿੰਡ ਓਪਨ ਦੇ ਵਿੱਚ 51,000 ਤੇ 41,000 ਦਾ ਪ੍ਰਾਈਜ਼ ਹੋਣਾ ਹੈ ਬੈਟਲ ਤੇ ਜਾਫੀ ਨੂੰ 51,500 ਰੁਪਈਆ ਦੇ ਕੇ ਮਾਨ ਸਨਮਾਨ ਕੀਤਾ ਜਾਵੇਗਾ 4-5 ਤਰੀਕ ਮਾਰਚ ਮਹੀਨਾ ਪਿੰਡ ਲੋਪੋ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਹੈ ਜਿੱਥੇ ਬਜਨੀ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਕਬੱਡੀ 47 ਕਿਲੋ 57 ਕਿਲੋ ਤੇ ਕਬੱਡੀ 65 ਕਿਲੋ ਤਾਂ ਸ਼ਿਵ ਦੇ ਮੁਕਾਬਲੇ ਵੀ ਹੋਣਗੇ ਚਾਰ ਪੰਜ ਤਰੀਕ ਲੋਪੋ ਦੇ ਕਬੱਡੀ ਕੱਪ ਦੀ ਹੈ ਬਾਬਾ ਜੀ ਤੁਸੀਂ ਸਾਡੇ ਲਈ ਸਤਿਕਾਰਯੋਗ ਹੋ ਪਰ ਕੁਝ ਕੁ ਗੱਲਾਂ ਜਿਹੜੀਆਂ ਹੈ ਇਹ ਆਪਾਂ ਆਮ ਹੀ ਸਭ ਜਾਣਦੇ ਹਾਂ ਜੇ ਕਿ ਇਸ਼ਤਿਹਾਰ ਆਪਾਂ ਟੋਟਲੀ ਸਾਰਾ ਕੁਝ ਬੋਲਣ ਲੱਗ ਗਏ ਤੇ ਬਾਕੀ ਕੁਝ ਵੀਰ ਬੈਠੇ ਹੁੰਦੇ ਆ ਉਹ ਆਖਦੇ ਹੈ ਵੀ ਮੁੰਡਿਆ ਤੂੰ ਗੱਲ ਕਿੱਧਰ ਨੂੰ ਲੈ ਗਿਆ ਇਧਰ ਕਬੱਡੀ ਚੱਲ ਰਹੀ ਹੈ ਤੂੰ ਉਸ ਪਿੰਡ ਦਾ ਸਾਰਾ ਹੀ ਵੇਰਵਾ ਬੋਲੀ ਜਾਂਦਾ ਇਹ ਲਗਾਤਾਰ ਜੀ ਆਪਾਂ ਨਾਲ ਦੀ ਨਾਲ ਬੋਲਦੇ ਜਾਵਾਂਗੇ 4-5 ਤਰੀਕ ਲੋਪੋ ਦੇ ਕਬੱਡੀ ਕੱਪ ਦੀ ਹੈ ਪਾਵੀ ਨੌਜਵਾਨ ਕਬੱਡੀ ਜਿਹੜੇ ਵੀਰ ਦੀ ਮੂੰਹ ਸਪਰੇ ਤੇ ਡਿਊਟੀ ਹੈ ਉਹ ਮੂੰਹ ਸਪਰੇ ਲੈ ਕੇ ਗਰਾਊਂਡ 'ਚ ਪੁੱਜਣ ਮਾਨਕੀ ਤੇ ਬਲਾਲਾ ਕਬੱਡੀ ਇੱਕ ਪਿੰਡ ਓਪਨ ਦਾ ਪਹਿਲਾ ਮੁਕਾਬਲਾ ਹੋਣਾ ਹੈ ਤੇ ਮੇਰੀ ਬੇਨਤੀ ਹੈ ਬਾਬੂ ਖੰਨਾ ਤੇ ਜਾਤੇ ਓਮ ਕੜਿਆਣਾ ਇਹਨਾਂ ਦੋਨਾਂ ਵੀਰਾਂ ਦੇ ਵਿੱਚੋਂ ਇੱਕ ਵੀਰ ਗਰਾਊਂਡ 'ਚ ਡਿਊਟੀ ਦੇਣ ਲਈ ਪੁੱਜਾਵੇ ਤੇ ਜਿਹੜੀ ਜੇਤੂ ਟੀਮ ਹੈ ਉਹ ਆ ਕੇ 200 ਰੁਪਈਆ ਮੇਰੇ ਤੋਂ ਲੈ ਜਾਵੇ ਲੋਹਾਰਾ ਗਰੁੱਪ ਵਾਲੇ ਸਾਡੇ ਵੀਰ ਇਹ 200 ਰੁਪਈਏ ਦੇ ਮਾਨਸਕਰ ਭੇਜਦੇ ਹੈ 50 ਰੁਪਏ ਦੇ ਮਾਣ ਸਨਮਾਨ ਕੀਤੇ ਨੇ ਕੁਲਵਿੰਦਰ ਸਿੰਘ ਜੀ ਜਟਾਣਾ ਸਰਦਾਰ ਕੁਲਵਿੰਦਰ ਸਿੰਘ ਜੀ ਜਟਾਣੇ ਵੱਲੋਂ ਜਿਹੜੀ ਟੀਮ ਜੇਤੂ ਹੋਈ ਹੈ ਤੇ ਉਸ ਤੋਂ ਪਹਿਲਾਂ ਜਿਸ ਨੇ ਜੱਫਾ ਲਾਇਆ ਸੀ 100 ਰੁਪਈਆ ਮੇਰੇ ਕੋਲ ਪ੍ਰਾਪਤ ਕਰ ਲੈਣ ਜਰਗੜੀ ਤੇ ਪਿੰਡ ਬਾਲਿਓ ਸੈਕਿੰਡ ਸੈਮੀਫਾਈਨਲ ਜੋ ਮੈਚ ਸਟਾਰਟ ਹੋਣ ਲੱਗਿਆ ਹੈ ਜਿੰਨੀਆਂ ਵੀ ਸੰਗਤਾਂ ਪਿੰਡ ਖਹਿਰਾ ਦੇ ਕਬੱਡੀ ਕੱਪ ਤੇ ਪੁੱਜੀਆਂ ਕੱਲੇ ਕੱਲੇ ਵੀਰ ਦਾ ਨਾਂ ਤੇ ਮੈਂ ਨਹੀਂ ਜਾਣਦਾ ਭਾਵੇਂ ਉਹ ਸਾਡੀ ਸਪੋਰਟਸ ਕਲੱਬ ਹੈ ਤੇ ਭਾਵੇਂ
ਵੱਖ-ਵੱਖ ਕਲੱਬਾਂ ਵਾਲੇ ਵੀਰ ਪੁੱਜੇ ਹੈ ਕੱਲੇ ਕੱਲੇ ਵੀਰ ਨੂੰ ਫਿਰ ਤੋਂ ਮੁਬਾਰਕਬਾਦ ਦਿੰਦੇ ਹਾਂ ਇਸ ਕਬੱਡੀ ਕੱਪ ਦੀ ਤੇ ਸਾਰੇ ਵੀਰਾਂ ਨੂੰ ਇੱਕ ਵਾਰ ਫਿਰ ਤੋਂ ਫਤਿਹ ਬੁਲਾਉਂਦੇ ਹਾਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਮਾਈਕ ਤੇ ਅਗਲੀ ਗੱਲ ਮੇਰਾ ਵੀਰ ਓਮ ਕੜਿਆਣਾ ਜੀ ਕਰਨਗੇ ਸੁਖੀ ਕਕਰਾਲੇ ਦੇ ਨਾਲ ਬਹੁਤ ਵੱਡਾ ਪਿਆਰ ਇਸ ਵੀਰ ਦਾ ਜਿਹੜਾ ਕਬੱਡੀ ਲਈ ਬੋਲ ਬਹੁਤ ਸੋਹਣੇ ਲਿਖਦਾ ਹੈ ਆਹ ਵੀ ਕੜਿਆਣੇ ਵਾਲਿਆ ਗੱਲ ਕਰ ਮਾਂ ਖੇਡ ਕਬੱਡੀ ਦੀ ਜਿਹੜੀ ਪੰਜਾਬੀਆਂ ਦੀ ਇੱਕੋ ਇੱਕ ਖੇਡ ਹੈ ਜਿਹਨੂੰ ਮਾਂ ਖੇਡ ਕਿਹਾ ਜਾਂਦਾ ਮਾਂ ਖੇਡ ਕਬੱਡੀ ਦੇ ਮੁਕਾਬਲੇ ਪਿੰਡ ਖੈਰਿਆਂ ਵਿੱਚ ਹੋ ਰਹੇ ਹੈ ਤੇ ਮਾਈਕ ਤੇ ਸਾਡਾ ਵੀਰ ਓਮ ਕੜਿਆਣਾ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਤੇ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਜੇ ਕਿਸੇ ਨੇ ਗੁਰੂ ਕਾ ਲੰਗਰ ਛਕਣਾ ਹੈ ਗੁਰੂ ਕਾ ਲੰਗਰ ਹੈ ਜਿਹੜਾ 3 ਵਜੇ ਤੱਕ ਗੁਰਦੁਆਰਾ ਸਾਹਿਬ ਵਿੱਚ ਟੁੱਟ ਵਰਤਾਇਆ ਜਾਵੇਗਾ ਜਿਸ ਮੇਰੇ ਵੀਰ ਨੇ ਗੁਰੂ ਕਾ ਲੰਗਰ ਛਕਣਾ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਛਕ ਸਕਦਾ ਹੈ ਫਿਰ ਜਿਹੜੀ ਸਮਾਪਤੀ ਕਰ ਦਿੱਤੀ ਜਾਵੇਗੀ ਕਿਉਂਕਿ ਲੰਗਰ ਕਮੇਟੀ ਵਾਲਿਆਂ ਨੇ ਵੀ ਮੈਚ ਦੇਖਣੇ ਨੇ ਬਹੁਤ ਬਹੁਤ ਧੰਨਵਾਦ ਹੈ ਜਿਹਨੇ ਲੰਗਰ ਛਕਣਾ ਲੰਗਰ ਛਕ ਸਕਦਾ ਸੋ ਹੁਣ ਇੱਕ ਵਾਰੀ ਫਿਰ ਸਮੁੱਚੇ ਲੁਹਾਰੇ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਨਾਲ ਹੀ ਖਵਾਣੋ ਤੋਂ ਜਿੰਨੇ ਮੇਰੇ ਸਤਿਕਾਰ ਯੋਗ ਅਹੁਦੇਦਾਰ ਆਏ ਨੇ ਬਾਈ ਸਰਬਜੀਤ ਸਿੰਘ ਜੀ ਜੀਤੀ ਸਰਪੰਚ ਪਿੰਡ ਵਿਦੇਸ਼ ਕਲਾ ਉਹਨਾਂ ਦੇ ਨਾਲ ਦੀਪਕ ਵਰਮਾ ਪੈਣੀ ਜੀ ਦੇ ਨਾਂ ਨਾਲ ਮਸ਼ਹੂਰ ਨੇ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਦੀਪਕ ਜੂਲਰ ਤੋਂ ਸੁਖਵਿੰਦਰ ਸਿੰਘ ਜੀ ਫੋੜ ਅੰਮ੍ਰਿਤਪਾਲ ਸਿੰਘ ਜੀ ਸਹਿਜੋ ਬਾਜਰਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਕਬੱਡੀ ਕੱਪ ਤੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦੇ ਹਾਂ ਮਾਈਕ ਤੇ ਫਿਰ ਅਗਲੀ ਗੱਲ ਚੱਲਦੇ ਹੋਏ ਮੈਚਾਂ ਦੀ ਰਹਿੰਦੇ ਕਮੈਂਟਰੀ ਓਮ ਕੜਿਆਣਾ ਜੀ ਬਹੁਤ ਬਹੁਤ ਧੰਨਵਾਦ ਯਾਦਵਿੰਦਰ ਚੰਡਿਆਲਾ ਸਾਡਾ ਵੀਰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਮੇਨ ਮੰਚ ਦੀ ਜਿਹੜੀ ਡਿਊਟੀ ਨਿਭਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰ ਫਿਰ ਇਸ ਮੈਦਾਨ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਦਾ ਮਾਤਾਵਾਂ ਭੈਣਾਂ ਵਿਸ਼ੇ ਤੌਰ ਤੇ ਜੁੜੀਆਂ ਹੋਈਆਂ ਸਖੇੜ ਮੈਦਾਨ ਦੇ ਨਾਲ ਕਿਉਂਕਿ ਗੱਭਰੂਆਂ ਦੇ ਨਾਂ ਨਾਲ ਪੰਜਾਬ ਦੀਆਂ ਧੀਆਂ ਵੀ ਕਹਿੰਦੇ ਖੇਡ ਕਬੱਡੀ ਵਿੱਚ ਅਵਲ ਦਰਜਾ ਪ੍ਰਾਪਤ ਕਰ ਚੁੱਕੀ ਹੈ ਬਹੁਤ ਹੀ ਸ਼ਾਨਦਾਰ ਮੈਚ ਇਸ ਵੇਲੇ ਆਪਾਂ ਦੇਖ ਰਹੇ ਵੀ ਮੈਦਾਨ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਹੈ ਸੈਮੀ ਫਾਈਨਲ ਮੁਕਾਬਲਾ ਕਹਿੰਦੇ ਕਬੱਡੀ 75 ਕਿਲੋ ਪਾਰ ਵਰਗ ਦਾ ਲਓ ਸਾਹਮਣੇ ਵੇਖਦੇ ਵੀ ਇਸ ਵੇਲੇ ਕਹਿੰਦੇ ਵੀ ਹੈਪੀ ਨਾਮ ਹੈ ਸਿੱਖੀ ਵੀ ਕਾਇਮ ਹੈ ਕਬੱਡੀ ਵੀ ਕਾਇਮ ਹੈ ਨੌਜਵਾਨ ਦੀ ਕਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਕਦੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਲਈ ਇਹ ਨੌਜਵਾਨ ਕਹਿੰਦੇ ਬਹੁਤ ਤਕੜੇ ਅੱਫੇ ਲਾਉਂਦਾ ਹੈਪੀ ਇਸ ਵੇਲੇ ਵੇਲੇ ਸਿੱਖੀ ਵੀ ਕਾਇਮ ਹੈ ਕਬੱਡੀ ਵੀ ਕਾਇਮ ਹੈ ਉਸੇ ਤਰ੍ਹਾਂ ਬਟਾਰੀ ਪਿੰਡ ਦਾ ਜੱਗਾ ਵੀ ਇਹ ਵੀ ਥੋੜੇ ਸਮੇਂ ਵਿੱਚ ਕਹਿੰਦੇ ਪ੍ਰਸਿੱਧ ਧਾਰ ਹੀ ਬਣ ਗਿਆ ਖੇਡ ਕਬੱਡੀ ਦਾ ਲਓ ਜੱਗਾ ਇਸ ਵੇਲੇ ਮੈਦਾਨ ਦੇ ਵਿੱਚ ਮਾਰ ਪੱਟ ਦੇ ਅੰਦਰਲੇ ਪਾਸੇ ਬੋਲੀ ਜੀ ਥਾਪੀ ਲਓ ਪਾਉ ਗਿਆ ਗੱਭਰੂ ਨੇ ਮੈਦਾਨ ਦੇ ਵਿੱਚ ਕਬੱਡੀ ਓਮ ਮਾਨਕੀ ਵਰਸਸ ਕਿਹੜਾ ਕਿਹਦਾ ਮੈਚ ਚੱਲਦਾ ਹੈ ਜਤਿੰਦਰ ਇਹ ਮੈਚ ਜਿਹੜਾ ਜੀ ਬਾਲਿਓ ਵਰਸਸ ਇਸ ਵੇਲੇ ਮੈਦਾਨ ਦੇ ਵਿੱਚ ਸਿੱਧਸਰ ਜਰਗੜੀ ਦੀ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਸੈਮੀ ਫਾਈਨਲ ਮੁਕਾਬਲਾ ਕਬੱਡੀ 75 ਕਿਲੋ ਭਾਰ ਵਰਗ ਦਾ ਲਓ ਤਿੰਨ ਦੀ ਇਸ ਵੇਲੇ ਨਾਮ ਹੈ ਗੱਭਰੂ ਦਾ ਮੈਦਾਨ ਦੇ ਵਿੱਚ ਜਿਸ ਗੱਭਰੂ ਨੇ ਕਬੱਡੀ ਪਾਈ ਹੈ ਪਰ ਪੰਮਾ ਬਵਾਨੀ ਵਾਲਾ ਸਾਡਾ ਵੀਰ ਆਖਦਾ ਵੀ ਇਹ ਪੁਆਇੰਟ ਜਿਹੜਾ ਆਪਾਂ ਵੇਖਦੇ ਹਾਂ ਬਾਲਿਓ ਦੀ ਟੀਮ ਦਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਮਿਲ ਚੁੱਕਾ ਕਬੱਡੀ ਇੱਕ ਪਿੰਡ ਓਪਨ ਦੇ ਪਹਿਲੇ ਮੈਚ ਦੇ ਲਈ ਮਾਨਕੀ ਵਰਸ ਬਲਾਲਾ ਮਲਕ ਵਰਸ ਮੋਰੋ ਮੰਡੀ ਪਾਵਾਂ ਖਾਗੜ ਵਰਸ ਕਣੀਚ ਰੋਡੀ ਵਾਲ ਵਰਸ ਫੁੱਲਾਂ ਵਾਲ ਅਖਾੜਾ ਵਰਸ ਮਲਾਦ ਰੋੜੀਆਂ ਡੇਰਾ ਬਾਬਾ ਮਤੋਈ ਵਰਸ ਜਰਗੜੀ ਕਲੋਟੀ ਵਰਸ ਖੱਟਣਾ ਇਹ ਮੁਕਾਬਲੇ ਜਿਹੜੇ ਕਬੱਡੀ ਓਪਨ ਦੇ ਖੇਡੇ ਜਾਣੇ ਹੈ ਪਲੀਜ਼ ਇਹਨਾਂ ਟੀਮਾਂ ਦੇ ਖਿਡਾਰੀਆਂ ਨੂੰ ਸਾਡੀ ਬੇਨਤੀ ਹੈ ਸਮੇਂ ਦੇ ਨਾਲ ਇਹ ਖਿਡਾਰੀ ਮੈਦਾਨ ਦੇ ਵਿੱਚ ਪੁੱਜਣਗੇ ਸਾਰੀਆਂ ਟੀਮਾਂ ਦੇ ਖਿਡਾਰੀ ਨੋਟ ਕਰ ਲੈਣ ਪਹਿਲੇ ਮੈਚ ਦੇ ਲਈ ਮਾਨਕੀ ਵਰਸ ਬਲਾਲਾ ਇਹ ਦੋਨੇ ਟੀਮਾਂ ਦੇ ਖਿਡਾਰੀ ਨੋਟ ਕਰਨ ਸਮੇਂ ਦੇ ਨਾਲ ਮੈਦਾਨ ਦੇ ਵਿੱਚ ਆ ਜਾਣਗੇ ਇਹ ਦੋਨੇ ਟੀਮਾਂ ਦੇ ਖਿਡਾਰੀ ਲਾ ਜਰਗੜੀ ਵਾਲਾ ਇਸ ਵੇਲੇ ਆਪਾਂ ਵੇਖਦੇ ਵੀ ਗੀਤਾ ਨੌਜਵਾਨ ਬਹੁਤ ਹੀ ਤਕੜਾ ਜੱਫਾ ਲੱਗ ਕੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੁੜਦਾ ਲਾ ਬਟਾਰੀ ਪਿੰਡ ਦਾ ਯੱਗਾ ਮੇਰੀ ਵੀਰੋ ਉਧਰ ਮਾਨਕ ਜੋਧਾ ਵਾ ਨਾਲ ਹੀ ਕਹਿੰਦੇ ਵੀ ਟੱਟਾਂ ਵਾਲਾ ਜਿੰਦਰ ਇਹ ਵੀ ਕਬੱਡੀ ਦੇ ਮਹਾਨ ਖਿਡਾਰੀ ਬਹੁਤ ਵੱਡੀ ਹਾਜ਼ਰੀ ਹੈ ਕਿਉਂਕਿ ਇੰਦਰਜੀਤ ਵੀਰ ਦੇ ਨਾਲ ਭਰਾਵਾਂ ਵਰਗਾ ਪਿਆਰ ਹੈ ਕਬੱਡੀ ਦੇ ਸਟਾਰ ਖਿਡਾਰੀ ਜੁੜਨਗੇ ਸਮੇਂ ਸਮੇਂ ਦੇ ਇਸ ਮੈਦਾਨ ਦੇ ਨਾਲ ਆਪਾਂ ਨਿੱਘੀ ਜੀਆਂ ਆਖਦੇ ਜਾਵਾਂਗੇ ਉੱਥੇ ਸਿਆਸਤ ਦੀਆਂ ਸ਼ਸ਼ੀਤਾਂ ਜੁੜਦੀਆਂ ਜਾ ਰਹੀਆਂ ਨੇ ਸਾਰਿਆਂ ਦਾ ਧੰਨਵਾਦ ਹੈ ਲਓ ਤਿੰਦੀ ਫਿਰ ਮੈਦਾਨ ਵਿੱਚ ਇਸ ਵੇਲੇ ਪਾਉਂਦਾ ਹੋਇਆ ਅਗਲੀ ਕਬੱਡੀ ਗੁਰਜੀਤ ਰੁੜਕੇ ਵਾਲਾ ਇਹ ਨੌਜਵਾਨ ਵੀ ਕਹਿੰਦੇ ਕੈਨੇਡਾ ਵਿੱਚ ਖੇਡਿਆ ਮਾਂ ਖੇਡ ਕਬੱਡੀ ਨੂੰ
पर दिन की इस वेले बहुत ही शानदार अंक अपनी टीम के हिस्से जुड़ता हुआ। हेलो साढ़े दरम्यान सरबजीत सिंह जी जेती सरपंच पिंड विदेश कला जनरल सकत्र जिला कांग्रेस कमेटी फतेहगढ़ साहब उन्होंने दीपक वर्मा जी टैणी जी नाल ही सुखविंदर सिंह जी फोड़ ते अमृतपाल सिंह जी सहजो माजरा पहुंचे ने निघी जिया समुचे खवाणा ग्रुप का बहुत बहुत धन्यवाद है। नाल ही परमजीत सिंह जी लोहारा अते समुचे लोहारे ग्रुप का बहुत धन्यवाद है। माइक ते अगली गल ओम कडैणा जी। ना कोई उन्हां वर्गा होया ना कोई उन्हां वर्गा होना जुगा जुगा तो गल्लां चलण उस दरवेश दियां कि कौन करूगा रिसा कलगी धर दशमेश दियां कौन करूगा रिसा कलगी धर दशमेश दियां ओम कोई रिसा नहीं कर सकता। कलगियां वाले पातशाह दी लव सिखी कायम है इस वेले और कबड्डी भी कायम है गभरू दी उधर स्टेज वालों मान ते सन्मान याद मंदिर चढ़ियाला साढ़ा वीर दसेगा। ओम सिया हरेक मैच की जेतू टीम लिए 100 रुपया डीएसपी साहब वालों पक्का ही आना है ते तैं बोलना भी हरेक मैच की जेतू टीम 100 रुपया डीएसपी साहब वालों ते नाल ही मगर सिंह जी वालों भी 200 रुपया तेन पक्कियां पावरां भी जेतू टीम लिए आ 100 रुपया जिहड़ा इस जापी ने सिख सरदार ने जफा लाया सी उहदा साडे कोल पहुंच चुका है। उधर महान खिडारी डीएसपी सरदार अमरजीत सिंह काका खैरा उत्थे सरदार हुशियार सिंह खैरा सरदार मगर सिंह खैरा जिन्हां दी पट्टी हुई पहल दे उत्ते आपां वेखदे भी दुनिया दे महान बने हन इस नगर दे खिलाड़ी। अज हर एक मैच दे विच हर एक वधिया पाड़ उत्ते माण है सरदार मेरे वीओ मगर सिंह जी खैरा वालों उत्थे डीएसपी सरदार अमरजीत सिंह काका खैरा वालों ला माण है मेरे वीओ हर एक मैच दे विच जेतू टीम लई। इधर गुरप्रीत नाम है सिंह नौजवान दा गुरप्रीत सिंह सिख सरदार इस वेले लागे तकड़ा जफा पाण जिहड़ा अपनी टीम दे हिस्से विच जुड़दा होया। उधर प्रितपाल सिंह जी दियोल मेरे वे यूएस विच वसदे है जिन्हां वालों इस खेड मेले दे वास्ते जिथे बहुत सारा योगदान है उसे मैदान दे विच इन्हां गवरुआं दे लई भी बहुत सारा योगदान है विशेष तौर ते धन्नवाद है प्रितपाल सिंह जी दियोल दा सारे एनआरवी भरावां दा समुची स्पोर्ट्स क्लब दा श्री गुरु नानक देव स्पोर्ट्स क्लब समूह नगर वासी समुची ग्राम पंचायत दा और स्वर्गवासी सिमरजीत सिंह गोलू साडा वीर कबड्डी दा खिलाड़ी जिहड़ा सदीमी विछोड़े दे गए है जिहदी निघी याद विच आपां जुड़े होए हां जिहदी निघी याद विच आपां हर साल दी तरह जुड़े होए हां। लाओ बटाई बनदा यग्गा इस वेले मैदान दे विच फिर आपां वेखदे वी पांदा होया अगली कबड्डी एक कनी ते गुरप्रीत लाओ नाल ही लाडी नाम है सो नौजवान दा लाओ लाडी मेरी वीरियो भड़के कलावा जफा लाउण दी जुड़त विच है पर जग्गा बटारी वाला इस वेले बहुत ही तकड़ा पाण जिहड़ा अपनी टीम दे हिस्से विच जुड़दा होया। बलाना ते मान की मेरी फिर बेनती है कबड्डी ओपन का जिहड़ा पहला मैच खेडा जाना है जल्दी दे नाल इह दोनों टीमां तैयारी फड़ के मैदान दे बाहरले पासे पुज जाण और मेरी बेनती है साउंड वाला वीर मेरे नाल संपर्क बना ले साउंड वाला वीर साउंड वाले वीर नूं बेनती है इको घट कर दे बहुत वधिया साउंड है इको घट कर दे बहुत वधिया साउंड है विशेष तौर पर धन्यवाद है साउंड वाले वीर का। इस वेले वरिंदर नौजवान सिद्धसर जरगड़ी वाला जिस नगर ने कबड्डी के मान खिडारी पैदा किए गोगी वर्गे शीरे वर्गे मेरी वीरियो गग्गी वर्गे मान खिडारी मेरी वीरियो भुलिंदर वर्गे जंटी वर्गे सिख सरदार बबली वर्गे कबड्डी के मान हो जरगड़ी पिंड ला दूजे पासे मेरी वीरियो आप देखते हैं बालियो पिंड जिस नगर के भी मान खिडारी हुए निक बालियो कहते कनेडा में कबड्डी खेल देता है लविंद्र इस वेले वरिंदर जरगड़ी वाला बहुत ही शानदार अंक अपनी टीम के हिस्से जुड़ गया है कि जिवें फिल्मों में चढ़ाई है रोसाने वाल दे धर्मेंद्र की उवें कबड्डी चढ़ाई एक दादर वाले वरिंदर की एक कहिंदे दादर दा वरिंदर मशहूर जाफी है एक नायन वरिंदर कहिंदे 75 किलो भार रख दे विच अजकल शानदार कबड्डियां पाउंदा है। उधर जिथे सरदार बेकर सिंह जी नत्त मेरे महान खिलाड़ी ने बलदेव सिंह जी सिमरू वर्गे कबड्डी थम खवाया नत्त पिंड दे गुरनाम गामे का मशहूर होया ना कहिंदे उत्थे राजू नत्तां वाला साडा वीर उह वी पुज्जे है बहुत बहुत धन्यवाद है अपने समय के प्रसिद्ध खिलाड़ी जिन्होंने छाप चढ़ी हुई है इन्होंने खेड मैदान के नाल जुड़े हुए हैं।
ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜੇ ਕਬੱਡੀ ਦੇ ਮਹਾਨ ਖਿਡਾਰੀ ਪੁੱਜੇ ਹੈ ਜਿੱਥੇ ਕਹਿੰਦੇ ਸਰਦਾਰ ਬਿਕਰ ਸਿੰਘ ਜੀ ਨਾਤੋਰਾਂ ਦਾ ਅੱਜ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਇਸ ਮੁਕਾਬਲੇ ਦੀ ਕਹਿੰਦੇ ਸਮਾਪਤੀ ਹੋ ਗਈ ਹੈ ਔਰ ਇਸ ਮੁਕਾਬਲੇ ਦੇ ਅੰਕ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸੱਤ ਜਿਹੜੇ ਪੁਆਇੰਟ ਨੇ ਬਾਲਿਆਂ ਦੀ ਟੀਮ ਦੇ ਸਾਢੇ 12 ਪੁਆਇੰਟ ਨੇ ਸਿੱਧਸਰ ਜਰਗੜੀ ਦੀ ਟੀਮ ਦੇ ਸਿੱਧਸਰ ਜਰਗੜੀ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ ਡੀਐਸਪੀ ਸਰਦਾਰ ਅਮਰਜੀਤ ਸਿੰਘ ਕਾਕਾ ਖਹਿਰਾ ਔਰ ਨਾਲ ਹੀ ਸਰਦਾਰ ਮੱਘਰ ਸਿੰਘ ਜੀ ਖਹਿਰਾ ਕੈਨੇਡਾ ਜਿਨ੍ਹਾਂ ਵੱਲੋਂ ਮਾਣ ਹੈ ਇਸ ਮੁਕਾਬਲੇ ਦੀ ਜੇਤੂ ਟੀਮ ਲਈ ਜੇਤੂ ਟੀਮ 200 ਰੁਪਏ ਦਾ ਜਿਹੜਾ ਮਾਣ ਹੈ ਸਾਡੇ ਕੋਲੋਂ ਪ੍ਰਾਪਤ ਕਰ ਲਵੇ 100 ਰੁਪਏ ਦੇ ਮਾਣ ਮੱਘਰ ਸਿੰਘ ਜੀ ਕੈਨੇਡਾ ਵੱਲੋਂ ਤੇ 100 ਰੁਪਏ ਦੇ ਮਾਣ ਦੇ ਸਰਦਾਰ ਅਮਰਜੀਤ ਸਿੰਘ ਜੀ ਡੀਐਸਪੀ ਸਾਹਿਬ ਵੱਲੋਂ 200 ਰੁਪਈਆ ਜੇਤੂ ਟੀਮ ਹੈ ਜਿਹੜੀ ਸਾਡੇ ਕੋਲ ਪ੍ਰਾਪਤ ਕਰ ਲਵੇ 100 ਸਰਦਾਰ ਹਰਚੰਦ ਸਿੰਘ ਜੀ ਵੱਲੋਂ ਸੀਗਾ ਜੱਫੇ ਦਾ ਜਿਹੜਾ ਸਰਦਾਰ ਨੇ ਲਾਇਆ ਸੀ ਜੱਫਾ ਇਸ ਮਾਨਕੀ ਦੇ ਮੁਕਾਬਲੇ ਚ ਜਿਹੜੀ ਟੀਮ ਜਿੱਤੂਗੀ ਕੁਲਵਿੰਦਰ ਜਟਾਣੇ ਵੱਲੋਂ ਪਰਮਜੀਤ ਸਿੰਘ ਜੀ ਲੋਹਾਰਾ ਗੋਰਖਾ ਲੋਹਾਰਾ ਉੱਥੇ ਧੰਨਵਾਦ ਹੈ ਰਾਜੂ ਲੋਹਾਰਾ ਦਵਿੰਦਰ ਲੋਹਾਰਾ ਮਲਕੀਤ ਸਿੰਘ ਜੀ ਬਾਬਾ ਉੱਥੇ ਗੱਗੂ ਲੋਹਾਰਾ ਜੱਸਾ ਲੋਹਾਰਾ ਇਹ ਸਾਡੇ ਸਤਿਕਾਰਯੋਗ ਵੀਰ ਜਿਹੜੇ ਜ਼ਿੰਦਗੀ ਦੇ ਬਹੁਤ ਪਿਆਰੇ ਵੀਰ ਨੇ ਉਹ ਵੀ ਇਸ ਮੈਦਾਨ ਨਾਲ ਜੁੜੇ ਹੋਏ ਨੇ ਜਿਨ੍ਹਾਂ ਵੱਲੋਂ ਹਰ ਇੱਕ ਮੈਚ ਦੀ ਜੇਤੂ ਟੀਮ ਲਈ ਇੱਕ ਇੱਕ 100 ਦੇ ਮਾਣ ਦਿੱਤੇ ਜਾਣੇ ਆ ਬਹੁਤ ਬਹੁਤ ਧੰਨਵਾਦ ਹੈ ਔਰ ਸਮੁੱਚੀ ਕਲੱਬ ਦੇ ਲਈ ਇਸ ਖੇਡ ਮੇਲੇ ਦੇ ਵਾਸਤੇ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚ 25,000 ਦੇ ਸਹਿਯੋਗ ਦਿੱਤੇ ਨੇ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਵੀਰਾਂ ਦਾ ਮਾਨਕੀ ਵਰਸ ਬਲਾਲਾ ਕਬੱਡੀ ਓਪਨ ਦਾ ਪਹਿਲਾ ਮੈਚ ਦੋਨੇ ਟੀਮਾਂ ਨੂੰ ਘੜੀ ਤੋਂ ਦੇਖ ਕੇ 2 ਮਿੰਟ ਦਾ ਸਮਾਂ ਬਈ ਮਾਨਕੀ ਵਰਸ ਬਲਾਲਾ ਕਾਫੀ ਸਮੇਂ ਤੋਂ ਆਵਾਜ਼ ਦੇ ਰਿਹਾ ਦੋਨੇ ਟੀਮਾਂ ਦੇ ਲਈ ਉਸ ਤੋਂ ਬਾਅਦ ਮਲਕ ਵਰਸੋਂ ਮੋਰੋ ਮੰਡੀ ਫਗਵਾੜੇ ਲਾਗੇ ਦੁਆਬੇ ਦਾ ਮਸ਼ਹੂਰ ਪਿੰਡ ਹੈ ਕਮਲ ਮੋਰੋ ਵਾਲਾ ਪ੍ਰਸਿੱਧ ਕਹਿੰਦੇ ਵੀ ਕਬੱਡੀ ਦਾ ਖਿਡਾਰੀ ਹੈ ਔਰ ਦੁਆਬੇ ਦੇ ਕਮਲ ਤੂਰ ਜੀ ਕਬੱਡੀ ਕੋਚ ਟੀਮ ਲੈ ਕੇ ਪੁੱਜੇ ਹੈ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਬੱਡੀ ਕੋਚ ਬਿੰਦਰ ਤੂਰ ਜੀ ਦਾ ਦਵਿੰਦਰ ਸਿੰਘ ਜੀ ਬਾਬੂ ਜੋ ਪ੍ਰਧਾਨ ਨੇ ਉਹਨਾਂ ਦੇ ਜ਼ਿੰਦਗੀ ਦੇ ਬਹੁਤ ਪਿਆਰੇ ਵੀਰ ਨੇ ਪਰਮਜੀਤ ਸਿੰਘ ਲੋਹਾਰਾ ਗੋਰਖਾ ਲੋਹਾਰਾ ਰਾਜੂ ਲੋਹਾਰਾ ਦਵਿੰਦਰ ਲੋਹਾਰਾ ਮਲਕੀਤ ਸਿੰਘ ਬਾਬਾ ਉੱਥੇ ਗੱਗੂ ਲੋਹਾਰਾ ਦੇ ਜੱਸਾ ਲੋਹਾਰਾ ਜਿਨ੍ਹਾਂ ਵੱਲੋਂ ਹਰ ਇੱਕ ਮੈਚ ਦੇ ਵਿੱਚ ਜੇਤੂ ਟੀਮ ਲਈ 100 ਰੁਪਏ ਦਾ ਮਾਣ ਹੋਣਾ ਹੈ ਉੱਥੇ 75 ਕਰੋੜ ਦਾ ਪਹਿਲਾ ਇਨਾਮ 12,000 ਰੁਪਇਆ ਗਗਨਦੀਪ ਸਿੰਘ ਪਨਾਗ ਕੈਨੇਡਾ ਵਿੱਚ ਵਸਦਾ ਸਾਡਾ ਵੀਰ ਉਸ ਵੀਰ ਵੱਲੋਂ ਸਪੋਂਸਰ ਕੀਤਾ ਗਿਆ ਹੈ ਔਰ ਦੂਜਾ ਇਨਾਮ ਸਵਰਗਵਾਸੀ ਸਰਦਾਰ ਸੁੱਜਾ ਸਿੰਘ ਜੀ ਦੇ ਪਰਿਵਾਰ ਵੱਲੋਂ 10,000 ਦਾ ਜੋ ਸੈਕਿੰਡ ਇਨਾਮ ਹੈ 75 ਕਿਲੋ ਦਾ ਉਹਨਾਂ ਦੇ ਪਰਿਵਾਰ ਵੱਲੋਂ ਸਪੋਂਸਰ ਕੀਤਾ ਗਿਆ ਹੈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਪਰਮਾਤਮਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਮਾਨਕੀ ਦੀ ਟੀਮ ਦੇ ਖਿਡਾਰੀ ਆਪਾਂ ਵੇਖਦੇ ਹਾਂ ਇਸ ਵੇਲੇ ਮੈਦਾਨ ਵੱਲ ਆ ਰਹੇ ਨੇ ਬਲਾਲੇ ਦੀ ਟੀਮ ਨੂੰ ਬੇਨਤੀ ਹੈ ਗਵਾਂਢੀ ਪਿੰਡ ਹੈ ਬਲਾਲਾ ਬਲਾਲੇ ਦੀ ਟੀਮ ਦੇ ਖਿਡਾਰੀ ਜਲਦੀ ਨਾਲ ਮੈਦਾਨ ਵਿੱਚ ਆ ਜਾਣ ਪਹਿਲਾ ਮੈਚ ਕਬੱਡੀ ਇੱਕ ਪਿੰਡ ਓਪਨ ਦਾ ਇੱਕ ਪਾਸੇ ਕਬੱਡੀ ਦੇ ਖੇਤਰ ਦਾ ਮਹਾਨ ਪਿੰਡ ਹੈ ਮਾਨਕੀ ਪਿੰਡ ਔਰ ਦੂਸਰੇ ਪਾਸੇ ਕਹਿੰਦੇ ਵੀ ਮੈਦਾਨ ਦੇ ਵਿੱਚ ਆਪਾਂ ਵੇਖਦੇ ਹਾਂ ਨੌਜਵਾਨ ਇਸ ਵੇਲੇ ਗਵਾਂਢੀ ਪਿੰਡ ਦੇ ਬਲਾਲੇ ਪਿੰਡ ਦੇ ਗੱਭਰੂ ਲਓ ਬਹੁਤ ਹੀ ਸ਼ਾਨਦਾਰ ਮੈਚ ਹੋਣਾ ਦੋਨੇ ਟੀਮਾਂ ਦੇ ਦਰਮਿਆਨ ਓਵਰ ਹਾਂਜੀ ਤੇਰੇ ਕੋਲ ਹੀ ਅਸੀਂ ਇਨਾਮ ਜਿਹੜੇ ਦਿੱਤੇ ਨੇ ਜਿਹੜੇ ਦਾਨੀ ਸੱਜਣਾ ਨੇ ਪ੍ਰਿਤਪਾਲ ਸਿੰਘ ਜੀ ਦਿਓਲ USA ਉਹਨਾਂ ਦੇ ਨਾਲ ਗਗਨਦੀਪ ਸਿੰਘ ਜੀ ਪਨਾਗ ਜਾਂ ਜਗਰੂਪ ਸਿੰਘ ਜੀ ਡਬਈ ਜਿਹੜੇ ਨਾਂ ਤੁਹਾਨੂੰ ਦਿੱਤੇ ਨੇ ਨਾ ਇੱਕ ਵਾਰੀ ਜ਼ਰੂਰ ਲੋਕਾਂ ਨਾਲ ਸਾਂਝੇ ਕਰਦਿਆ ਕਰੋ ਕਿਉਂਕਿ ਦਾਨੀ ਵੀਰ ਜਾਂ ਇਹ ਸਾਡੇ ਕਬੱਡੀ ਦੇ ਪ੍ਰੇਮੀ ਨੇ ਜਿਹੜੇ ਇਹ ਆਨਲਾਈਨ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਤਾਂ ਜੋ ਇਹ ਮੈਸੇਜ ਜਿਹੜਾ ਸਹੀ ਜਾਵੇ ਵੀ ਜਿਹੜੇ ਉਹਨਾਂ ਤੋਂ ਪੈਸੇ ਮਿਲੇ ਨੇ ਅਸੀਂ ਉਹ ਖਿਡਾਰੀਆਂ ਤੱਕ ਪਹੁੰਚਦੇ ਕਰ ਦਿੱਤੇ ਨੇ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਿਤਪਾਲ ਸਿੰਘ ਜੀ ਦਿਓਲ USA ਵਿੱਚ ਵੱਸਦੇ ਹੈ ਜਿਨ੍ਹਾਂ ਵੱਲੋਂ ਕਬੱਡੀ ਇੱਕ ਪਿੰਡ ਓਪਨ ਦਾ ਪਹਿਲਾ ਇਨਾਮ ਵੀ ਸਪੋਂਸਰ ਕੀਤਾ ਗਿਆ ਹੈ ਔਰ ਮੈਦਾਨ ਦੇ ਵਿੱਚ ਹਰ ਇੱਕ ਵਧੀਆ ਪੁਆਇੰਟ ਦੇ ਉੱਪਰ ਹਰ ਇੱਕ ਵਧੀਆ ਜੱਫੇ ਉੱਤੇ ਹਰ ਇੱਕ ਵਧੀਆ ਰੇਡ ਉੱਤੇ ਬਹੁਤ ਸਾਰਾ ਮਾਣ ਹੈ ਕਿ ਬੜੇ ਔਖੇ ਹੁੰਦੇ ਜ਼ਿੰਦਗੀ ਦੇ ਰਾਹ ਮਿੱਤਰੋ ਪੈਰ ਸੰਭਲ ਸੰਭਲ ਕੇ ਟਿਕਾਏ ਜਾਂਦੇ ਦਿਲ ਕਮਲਾ ਜੀ ਦੀ ਬਾਤ ਹੁੰਦਾ ਸੁਖੀ ਔਖੇ ਨੇ ਮਨ ਸਮਝ ਆ ਜਾਂਦੇ ਥੋੜੇ ਬੰਦੇ ਨੇ ਸਰਦਾਰ ਪ੍ਰਿਤਪਾਲ ਸਿੰਘ ਦਿਓਲ ਵਰਗੇ ਜਿਹੜੇ ਕਦੇ ਨੀ ਮਨੋਂ ਭੁਲਾਏ ਜਾਂਦੇ ਬਹੁਤ ਘੱਟ ਇਨਸਾਨ ਨੇ ਜੋ ਦਾਨ ਕਰਦੇ ਹਨ ਪੁੰਨ ਕਰਦੇ ਹਨ ਜਿਨ੍ਹਾਂ ਦਾ ਨਾਮ ਮੇਰੇ ਵੀਰੇ ਸੁਰਿਆ ਦੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਜਿਵੇਂ ਇਸ ਨਗਰ ਦੀ ਗੱਲ ਹੈ ਮਹਾਨ ਖਿਡਾਰੀਆਂ ਦੀ ਗੱਲ ਹੈ ਉੱਥੇ ਧੰਨਵਾਦ ਬੈਸਟ ਸਟਾਪਰ ਰੇਡਰ ਨੂੰ LED ਦੇ ਮਾਨ ਜਿਹੜੇ ਦਿੱਤੇ ਜਾਣੇ ਹੈ ਸਵਰਗਵਾਸੀ
अजमेर सिंह के सपुत्रा अमर सिंह बलदेव सिंह जी मेरे लिए उन्होंने वालों स्पॉन्सर किए जाने हैं एल ई डी के मान जिन्हें दिए जाने अज इस कबड्डी कप के बेस्ट रेडर से बेस्ट जाफी के लिए उस स्वर्गवासी सरदार अजमेर सिंह सपुत्र ने अमर सिंह बलदेव सिंह जी जिन्होंने परिवार वालों एल ई डी ने मान दिए जाने हैं अज इस कबड्डी कप के बेस्ट रेडर और बेस्ट जाफी के लिए उधर अमृतपाल सिंह जी खमाणो ग्रुप तो सारे दरम्यान पुजे है सुखविंदर सिंह जी फौड जिन्हों वालों 25,000 के सहयोग ने अमृतपाल सिंह जी खमाणो ग्रुप सुखविंदर सिंह जी फौड नाल ही सरजीत सिंह जी जीती दीपक वर्मा खमाणो ग्रुप के भी मैंबर साढ़े दरम्यान पुजे है जिन्हों वालों भी 25,000 के सहयोग ने बहुत बहुत धन्यवाद है साढ़े प्रधान सुखविंदर सिंह जी बाबू उन्होंने जिंदगी के बहुत प्यारे वीर जेडे इस वेले आप वेखते भी उन्होंने खेड मेले के वास्ते बहुत बड़ा योगदान दे रहे हैं तपिंदर सिंह जी बाबू उन्होंने जिंदगी के बहुत प्यारे वीर ने ला पहली कबड्डी मैदान अंदर आप देखते भी इस वेले नौजवान पान दे वधे है बलाला पिंड गुआंढी पिंड जिथों का मेला मशहूर है ला आप देखते भी दूसरे पास मानकी पिंड का खिलाड़ी है जिस नगर में मान है दो गोपी मशहूर होए कहते भी सीनियर गुरप्रीत सिंह गोपी और जूनियर गोपी उतो जस वर्गे जीत वर्गे ये नौजवान कहते एक पिंड ओपन की टीम की जेकर गल करिए पंजाब की प्रसिद्ध टीम पर बलाले वाले भी तारियां मारते इस वेले गभरू ने कहते पहला शानदार अंकड़ा अपनी टीम के हिस्से जुड़े अपनी टीम के हिस्से जुड़े परमजीत सिंह जी लोहारा गोरखा लोहारा राजू लोहारा दविंदर मलकीत सिंह बाबा नाल ही गगू जस्सा ये लोहारे वाले साढ़े सत्कारयोग वीर जिन्हों वालों बहुत सारा माण है उधर कबड्डी कोच सुखदीप लाली साड़ा वीर हड़ाचा वाला यार है साढ़े पप्पी वीर का वह भी विशेष तौर पर पुजी है क्योंकि कट्ठे कबड्डी खेली है भावे मालवका च बहुत सवराली की गल है भावे पंजाब बिजली बोर्ड की गल ला वख वखरे दुनिया के देशों की गल ला वेखो सामने सिख सरदार इस वेले वीर वीर बहुत ही तकड़ा जहा फैला के पॉइंट जो अपनी टीम के हिस्से जुड़ता है ये पॉइंट आप देखते हैं मैदान के इस वे बलाले वाला ये नौजवान अपनी टीम के हिस्से जुड़ गए लाओ टिंकू नाम है इस नौजवान का पाई हुई मैदान में कबड्डी है लाओ जीत इस वे वीर वीर जीत मानकी पिंड का लेखू साढ़ा वीर कोट गंगू राय वाला सुरताल विसर मार रहा है ये पॉइंट जीत मानकी वाला अपनी टीम के हिस्से जुड़ गए मलक ते मोरो मंडी मेरी बेनती है अगला मैच खेला जाना कबड्डी ओपन का मलक वरसों मोरो मंडी ये दोनों टीमों के खिलाड़ी जेडे जल्दी नाल तैयारी फड़ के मैदान में आ जाए लाओ मैदान वेखते भी इस वेले प्रदीप सिंह नाम है इसे नौजवान का एक प्रदीप कहते रौलू माजरे का कहते भी रोपड़ जिले का महान खिलाड़ी हुए हैं पर इधर कहते भी प्रदीप ये भी चुस्त चलाक है ये भी कहते भी जुगती मेरी मेरी फुर्ती कबड्डी खेलता है इस वेले प्रदीप सिंह मानकी पिंड का बहुत ही शानदार अंक अपनी टीम के हिस्से में जुड़ता हुआ आ भी गभरू आप अगली कबड्डी लाओ इस वेले मैदान फिर आप वेखते भी नौजवान वध के कहते कबड्डी पाता है बलाले पिंड के पुत्र जमन सुखदीप लाली वर्गे इंद्रजीत वर्गे मां प्यो का ना जो रोशन कर गए मान करे जिन्हां ते पूरा पिंड खैरा पप्पी का पिंड कहते कबड्डी नाल प्यार गहरा दित्ती जानकारी यादविंदर चंडियाले ने चक ली कलम फिर सुखी ककराले ने कि चक ली कलम फिर सुखी ककराले ने लाओ सुखी ककराले वाले ने कहने वखरी जी लाइन अच लिख दतिया मेरे इस कबड्डी कप के लिए श्री गुरु नानक देव स्पोर्ट्स क्लब का समूह नगर निवासियों का समुची ग्राम पंचायत का पिंड खैरे का डीएसपी सरदार अमरजीत सिंह जी काका खैरा सरदार मगर सिंह जी खैरा सरदार हुशियार सिंह जी खैरा जिन्हों वालों बहुत सारा माण है जिन्होंने अपने समय के मेरे वीडियो अत की कबड्डी खेली है दुनिया ने जान दी जिन्हों की कबड्डी याद है दुनिया को एक एक कबड्डी एक जफा लाल दिन नौजवान टिंकू इस वे चढ़ती वरेस का बलाले पिंड का पान जो अपनी टीम के हिस्से जुड़ता हुआ मलक ते मोरो मंडी दूजे मैच के लिए मलक ते मोरो मंडी बिना किसी देरी तो दोनों ही टीम मैदान के बाहरले पासे आ जाए साढ़े दरम्यान कबड्डी कोच ते अंतरराष्ट्रीय कबड्डी खिडारी लाली अड़ैचा जी उन्होंने नाल अकबर खान जी पहुंचे ने जिन्हों का इस नगर के नाल काफी पुराना प्यार है इन्हों का इस कबड्डी कप से पहुंचने से हार्दिक स्वागत करते हैं उत्थे ही धन्यवाद करते हैं समुचे लोहारे ग्रुप का खमाणो ग्रुप का इस तरह से इस लड़ी के तहत साढ़े दरम्यान हरदीप सिंह जी न्यूजीलैंड उन्होंने समुचा जलंधर ग्रुप साढ़े दरम्यान चंद कु मिनटा च इस खेल मेले पहुंच रहा है उत्थे जेतू टीम लिए 100 रुपए के स्पैशल मान ने जेडे सरदार अमरजीत सिंह जी डीएसपी साहब वालों
ਤੇ ਨਾਲ ਹੀ ਕਹਿੰਦੇ ਲਾਲੀ ਅਡੈਚਾ ਵੱਲੋਂ ਉਹਨਾਂ ਦੇ ਨਾਂ ਤੇ ਡੀਐਸਪੀ ਸਾਹਿਬ ਵੱਲੋਂ 100 ਦੇ ਮਾਨ ਜਿਹੜੇ ਭੇਜੇ ਗਏ ਨੇ ਜੇਤੂ ਟੀਮ ਨੂੰ ਬੇਨਤੀ ਹੈ ਕਿ ਮੈਚ ਦੀ ਸਮਾਪਤੀ ਤੋਂ ਬਾਅਦ ਸਾਡੇ ਕੋਲ ਪ੍ਰਾਪਤ ਕਰ ਲੈਣ ਧੰਨਵਾਦ ਕਰਦੇ ਆ ਡੀਐਸਪੀ ਸਾਹਿਬ ਦੇ ਸਾਡੇ ਦਰਮਿਆਨ ਕਰਨ ਜੋਧਾ ਜੀ ਅਤੇ ਉਹਨਾਂ ਦੇ ਪਰਮ ਪਿਆਰੇ ਮਿੱਤਰ ਬਾਈ ਪੱਪੀ ਖੈਰੇ ਦੇ ਸੱਦੇ ਤੇ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਕਰਨ ਜੋਧਾ ਜੀ ਅਤੇ ਉਹਨਾਂ ਦੇ ਮਿੱਤਰਾਂ ਨੂੰ ਅੱਜ ਦੇ ਇਸ ਕਬੱਡੀ ਕੱਪ ਤੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦੇ ਹਾਂ ਨਾਲ ਹੀ ਬਾਈ ਕੁਲਵਿੰਦਰ ਸਿੰਘ ਜੀ ਜਟਾਣਾ ਕਿ ਜੇ ਮਾਨਕੀ ਦੀ ਟੀਮ ਜਿੱਤੂ ਤਾਂ 500 ਰੁਪਈਆ ਸਾਡੇ ਕੋਲ ਪਹੁੰਚ ਚੁੱਕਿਆ ਜੇ ਮਾਨਕੀ ਦੀ ਟੀਮ ਜਿੱਤਦੀ ਹੈ ਤਾਂ 500 ਰੁਪਏ ਦੇ ਜਿਹੜੇ ਮਾਨ ਸਾਡੇ ਕੋਲ ਮੇਨ ਮੰਚ ਤੇ ਪਹੁੰਚ ਚੁੱਕੇ ਨੇ ਲੰਗਰ ਵਾਸਤੇ ਮਾਫੀ ਚਾਹੁੰਦੇ ਹਾਂ ਇੱਕ ਹੋਰ ਬੇਨਤੀ ਹੈ ਵੀ ਲੰਗਰ ਬਿਲਕੁਲ ਸਮਾਪਤੀ ਦੇ ਵੱਲ ਨੂੰ ਹੈ ਜੇ ਕਿਸੇ ਮੇਰੇ ਵੀਰ ਨੇ ਗੁਰੂ ਕਾ ਲੰਗਰ ਛਕਣਾ ਹੈ ਉਹ ਛਕ ਸਕਦਾ ਹੈ ਨਹੀਂ ਤਾਂ ਅਸੀਂ ਜਿਹੜਾ ਗੁਰੂ ਕਾ ਲੰਗਰ ਹੈ ਜਿਹੜਾ ਸਮਾਪਤੀਆਂ ਕਰ ਦੇਣੀ ਹੈ ਫਤਿਹ ਕਰ ਦੇਣਾ ਹੈ ਉਸ ਤੋਂ ਬਾਅਦ ਕਮੇਟੀ ਵਾਲਿਆਂ ਨੇ ਵੀ ਮੈਚ ਦੇਖਣੇ ਨੇ ਇੱਕ ਵਾਰੀ ਫਿਰ ਡੀਐਸਪੀ ਸਰਦਾਰ ਅਮਰਜੀਤ ਸਿੰਘ ਜੀ ਕਾਕਾ ਖੈਰਾ ਤਪਿੰਦਰ ਸਿੰਘ ਜੀ ਬਾਬੂ ਸ਼ਮਸ਼ੇਰ ਸਿੰਘ ਜੀ ਕੋਟੀ ਕੁਲਵੀਰ ਸਿੰਘ ਜੀ ਗੋੜਾ ਤੇ ਸਰਪੰਚ ਤੇਜਿੰਦਰ ਸਿੰਘ ਜੀ ਨੰਦ ਵੱਲੋਂ ਅੱਜ ਦੇ ਇਸ ਖੇਡ ਮੇਲੇ ਵਿੱਚ ਪੁੱਜੀਆਂ ਹੋਈਆਂ ਸਾਰੀਆਂ ਮਾਣਯੋਗ ਸ਼ਖਸੀਅਤਾਂ ਨੂੰ ਨਿੱਕੀ ਜੀ ਆਇਆਂ ਤੇ ਦਰਸ਼ਕ ਵੀਰਾਂ ਦਾ ਧੰਨਵਾਦ ਜਿਹੜੇ ਵੱਡੀ ਗਿਣਤੀ 'ਚ ਸਾਡੇ ਦਰਮਿਆਨ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਹੈਲੋ ਹਾਂਜੀ ਓਮ ਜੀ ਇੱਕ ਹੋਰ ਸਾਡੇ ਕੋਲ ਜਾਣਕਾਰੀ ਇਕੱਠੀ ਹੋਈ ਹੈ ਕਿ ਖਵਾਣ ਵਾਲੇ ਗਰੁੱਪ ਵਾਲੇ ਕਹਿੰਦੇ ਨਾਲ ਹੀ ਲੋਹਾਰੇ ਵਾਲੇ ਗਰੁੱਪ ਵਾਲੇ ਕਹਿੰਦੇ ਜਲੰਧਰ ਵਾਲੇ ਕਹਿੰਦੇ ਬਈ ਤਪਿੰਦਰ ਸਿੰਘ ਨੋਟਾਂ ਦੀ ਕਮੀ ਨਹੀਂ ਰਹਿਣ ਦੇਣੀ 25,000 ਸਾਡੇ ਕੋਲ ਪਹੁੰਚ ਗਿਆ 75,000 ਰੁਪਈਆ ਸਾਡੇ ਕੋਲ ਮਾਲੀ ਮਦਦ ਪਹੁੰਚ ਗਈ ਹੈ ਤੇ ਟੀਮਾਂ ਤੇ ਵੀ ਤੈਨੂੰ ਪਤਾ ਹੀ ਹੈ ਵੀ ਵੱਧ ਚੜ ਕੇ ਜਿਹੜਾ ਇਨਾਮ ਦੇ ਰਹੇ ਨੇ ਇੱਕ ਵਾਰੀ ਲੋਹਾਰੇ ਗਰੁੱਪ ਦਾ ਧੰਨਵਾਦ ਖਮਾਣ ਵਾਲੇ ਗਰੁੱਪ ਦਾ ਧੰਨਵਾਦ ਤੇ ਜਲੰਧਰ ਗਰੁੱਪ ਸਾਡੇ ਦਰਮਿਆਨ ਪਹੁੰਚਿਆ ਠੀਕ ਹੈ ਸਹਿਜੋ ਮਾਜਰੇ ਅੰਮ੍ਰਿਤਪਾਲ ਸਿੰਘ ਜੀ ਸਹਿਜੋ ਮਾਜਰਾ ਮੇਰੇ ਆਪਣੇ ਇਲਾਕੇ ਦਾ ਮਾਣ ਹੈ ਉਹਨਾਂ ਦਾ ਧੰਨਵਾਦ ਹੈ ਕਹਿੰਦੇ ਵੀ ਪੈਸਿਆਂ ਦੀ ਕਮੀ ਨਹੀਂ ਰਹਿਣ ਦੇਣੀ ਤੁਸੀਂ ਪੈਸੇ ਵੰਡੀ ਜਾਓ ਅਸੀਂ ਇੱਥੋਂ ਪੈਸੇ ਭੇਜੀ ਜਾਵਾਂਗੇ ਬਹੁਤ ਬਹੁਤ ਧੰਨਵਾਦ ਹੈ ਮਾਈਕ ਤੇ ਫਿਰ ਓਮ ਕਟਿਆਲਾ ਜੀ ਹੈਲੋ ਵੀਰਾਂ ਬਹੁਤ ਬਹੁਤ ਧੰਨਵਾਦ ਲਾਟੋਂ ਤੇ ਡੇਰਾ ਖਟਰਾਂ ਦਾ ਮੈਚ ਆ ਉਹ ਵੀ ਲਿਖ ਲਈ ਇਸ ਮੈਚ ਤੋਂ ਬਾਅਦ ਮੋਰੂ ਮੰਡੀ ਵਰਸ ਮਲਕ ਦੋਨੀ ਟੀਮਾਂ ਗਰਾਊਂਡ ਦੇ ਬਾਹਰਲੇ ਪਾਸੇ ਪੁੱਜਣ ਬਹੁਤ ਲੰਮੀ ਕਤਾਰ ਹੈ ਕਬੱਡੀ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਦੀ ਗੱਲ ਭਾਵੇਂ ਕਬੱਡੀ ਦੇ ਮਹਾਨ ਖਿਡਾਰੀ ਨਹੀਂ ਭਾਵੇਂ ਪ੍ਰਮੋਟਰਾਂ ਦੀ ਹੈ ਕਬੱਡੀ ਨੂੰ ਦੇਣ ਦੀ ਹੈ ਦਾਨੀਆਂ ਦੀ ਵੱਡੀ ਕਤਾਰ ਹੈ ਲਓ ਆਪਾਂ ਗੱਲ ਕਰਦੇ ਇਸ ਵੇਲੇ ਮੈਦਾਨ ਦੇ ਵਿੱਚ ਪੈਂਦੀ ਇਸ ਨੌਜਵਾਨ ਦੀ ਕਬੱਡੀ ਦੀ ਲਓ ਮਾਨਕੀ ਪਿੰਡ ਦਾ ਇਸ ਵੇਲੇ ਗੱਭਰੂ ਪਾਉਂਦਾ ਹੋਇਆ ਕਬੱਡੀ ਮੇਰੀ ਵੀਰਿਓ ਔਰ ਨੌਜਵਾਨ ਬਹੁਤ ਹੀ ਸ਼ਾਨਦਾਰ ਅੰਕ ਜਿਹੜਾ ਆਪਣੀ ਟੀਮ ਦੇ ਹਿੱਸੇ ਜੁੜਦਾ ਉਧਰ ਕਦੇ ਗੱਲ ਚੱਲਦੀ ਕਹਿੰਦੇ ਵੀ ਜਲੰਧਰ ਗਰੁੱਪ ਦੀ ਕਦੇ ਗੱਲ ਚੱਲਦੀ ਮੇਰੀ ਵੀਰਿਓ ਖਾਨੇ ਗਰੁੱਪ ਦੀ ਲਓ ਧੰਨਵਾਦ ਕਰਦੇ ਆਪਾਂ ਇਹ ਸਤਿਕਾਰਯੋਗ ਵੀਰ ਜਿਹੜੇ ਪੁੱਜੇ ਹੋਏ ਹੈ ਜਿਹਨਾਂ ਵੱਲੋਂ ਬਹੁਤ ਸਾਰੇ ਬਹੁਤ ਸਾਰੇ ਮਾਣ ਹੈ ਭਾਵੇਂ ਲਹਾਰੇ ਗਰੁੱਪ ਦੀ ਗੱਲ ਹੈ ਲਓ ਵੇਖੋ ਸਾਹਮਣੇ ਇਸ ਵੇਲੇ ਟਿੰਕੂ ਮੇਰੀ ਵੀਰਿਓ ਬਲਾਲੇ ਪਿੰਡ ਦਾ ਬਹੁਤ ਹੀ ਸ਼ਾਨਦਾਰ ਅੰਕ ਜਿਹੜਾ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਖਮਾਣੋ ਗਰੁੱਪ ਲਹਾਰਾ ਗਰੁੱਪ ਨਾਲ ਹੀ ਜਲੰਧਰ ਗਰੁੱਪ ਸਤਿਕਾਰਯੋਗ ਵੀਰ ਜਿਹੜੇ ਪੁੱਜੇ ਜਿਹਨਾਂ ਵੱਲੋਂ ਬਹੁਤ ਸਾਰੇ ਮਾਣ ਹੈ ਇਸ ਖੇਡ ਮੇਲੇ ਦੇ ਵਾਸਤੇ ਸਿੰਘ ਜੀ ਜਟਾਣਾ ਉਹਨਾਂ ਵੱਲੋਂ ਜਾਫੀ ਦੇ ਲਈ 100 ਰੁਪਏ ਦੇ ਮਾਣ ਨੇ ਧੰਨਵਾਦ ਕਰਦੇ ਆ ਕੁਲਵਿੰਦਰ ਸਿੰਘ ਜੀ ਜਟਾਣਾ ਜਿਹਨਾਂ ਨੇ 500 ਰੁਪਏ ਭੇਜਿਆ ਕਿ ਮਾਨਕੀ ਦੀ ਟੀਮ ਦੇ ਵਾਸਤੇ ਉੱਥੇ ਜਿੱਥੇ ਤਰਨ ਜੋਧਾ ਵਾਲਾ ਸਾਡਾ ਵੀ ਕਬੱਡੀ ਦੇ ਖੇਤਰ ਵਿੱਚ ਬਹੁਤ ਵੱਡਾ ਨਾਮ ਹੈ ਜੋਧਾ ਦਾ ਖੇਡ ਮੇਲਾ ਵੀ ਮਸ਼ਹੂਰ ਹੈ ਮਾਨਕ ਸਾਡਾ ਵੀਰ ਉੱਥੇ ਜਿੰਦਰ ਟੱਟਾਂ ਵਾਲਾ ਨਿੱਗੀ ਜੀਆਂ ਆਖਦੇ ਆ ਸਾਡੇ ਵੀਰ ਇੰਦਰਜੀਤ ਪਾਪੀ ਦੇ ਨਾਲ ਕਹਿੰਦੇ ਯਾਰੀ ਹੈ ਸਾਡੇ ਸਤਿਕਾਰਯੋਗ ਵੀਰਾਂ ਦੀ ਕਿ ਯਾਰ ਯਾਰੀ ਲਾ ਕੇ ਯਾਰ ਕੋਲ ਰੱਖੇ ਪਰਦੇ ਕਿਹੜਾ ਯਾਰ ਜਿਹੜਾ ਯਾਰ ਮਾਰ ਕਰਦੇ ਹੋਵੇ ਪੁੱਤਰ ਨਲਾਇਕ ਪੱਤਾਂ ਪੱਤਾਂ ਮਾਰੀਆਂ ਔਖੇ ਵੇਲੇ ਸਾਥ ਨਾ ਦੇਣ ਪਰਾਈਆਂ ਨਾਰੀਆਂ ਹੋ ਸੂਰਮਾ ਨਿਤਰੂ ਮੈਦਾਨ ਵਿੱਚ ਜੀ ਦੋਨੀ ਪੈਂਦੀਆਂ ਇੱਕੀ ਪੈਂਦੀਆਂ ਮਿਆਨ ਵਿੱਚ ਜੀ ਮਾੜੀ ਸੰਗਤ ਦੀ ਸੰਗਤ ਵੀ ਮਾੜੀ ਚੜ੍ਹਦੀ ਬੇਅਕਲਾਂ ਦੀ ਗੱਲ ਨਹੀਂ ਉਹ ਖਾਨੇ ਵੜਦੀ ਇੱਕ ਜੋਰ ਨਾਲ ਮਿਲਦੇ ਨੇ ਬੁਲਟ ਮੁੰਦੀਆਂ ਗੱਲਾਂ ਸੁੱਖੀ ਕਕਰਾਲੇ ਦੀਆਂ ਸੱਚ ਹੁੰਦੀਆਂ ਗੱਲਾਂ ਸੁੱਖੀ ਕਕਰਾਲੇ ਦੀਆਂ ਸੱਚ ਹੁੰਦੀਆਂ
इस वेले पहला मैच जो आपां वेख्या समाप्त होया है, मानकी दी टीम जेतू रही है। एंट्री बॉक्स से साढ़े वीर नोट कर लैन, जगे उन्हें नाली बंटी उन्हें साढ़े वीर नोट कर लैन। और मोरो मंडी वर्ष मलक ये दूजा मैच जेड़ा कबड्डी ओपन दा आपां इस वेले मैदान दे विच वेखण जा रहे हैं। पामा खागर वर्ष कणीच, रोडी वाल वर्ष फुला वाल, अखाड़ा वर्ष मलाद रोड़िया, डेरा बाबा मतोई वर्ष जरगड़ी, कलोटी वर्ष खटरा, ये टीमां दे खिलाड़ी जिहड़े नोट करनगे समय दे नाल मैदान दे विच पुजणगे। गगनदीप सिंह पनाग कनेडा विच वसदा साडा वीर गगनदीप सिंह पनाग, जिस वीर वल्लों बहुत सारा सहयोग है। उसे प्रीतपाल सिंह जी देओल यूएसए विच वसदे है। आपां बार बार गल करदे आवांगे, ये दानी सज्जन जिन्होंने अपनी नेक कमाई विच बहुत वड्डे सहयोग दिते है। प्रधान तपिंदर सिंह जी बाबू वालों खमानो ग्रुप का, लहारे ग्रुप का, जलंधर ग्रुप का विशेष तौर पर धन्यवाद है, विशेष तौर पर धन्यवाद है। उत्थे कबड्डी के महान ते स्टार सारे खिलाड़ियों का धन्यवाद है। कबड्डी कोच सुखदीप लाली उन्हों का धन्यवाद है। कहिंदे वी डाचा पिंड का ना कबड्डी के खेल इतिहासिक बनिया तो लिखा होया है, क्योंकि महान कबड्डी खेडी है। मेरी वीरियो साडे भरावां ने भावें गल मलकीर सिंह रेज की है, भावें सुखदीप लाली की है, कि पिंड डाचा के दो सके ने भरा दोवां ने ही दित्ती धन धन करवा। एक सुखदीप दूजा अंग्रेज आख दे, पूरा खून च कबड्डी का क्रेज आख दे, सुखी के करारे पूरी भगती है तन दी, उमसिया दुनिया मनाया नहीं मन दी, कि उमसिया दुनिया मनाया नहीं मन दी। उधर रणजीत लाल कला वाला उस एरिए का महान खिलाड़ी है कबड्डी का, गगन अजनाद उथे लखी अजनाद, विशेष तौर पर धन्यवाद है कबड्डी के खिलाड़ियों का। रणजीत लाल कला वाला साडा वीर उथे धन्यवाद, गगन और लखी का विशेष तौर पर धन्यवाद करते हैं। लाओ इस वेले मैदान में बंत नाम है, रसूलपुर पिंड है दुआबे का मशहूर पिंड। लाओ इस वेले नौजवान बहुत ही तकड़ा जफा ला के पुआण जोड़ा अपनी टीम के हिस्से जुड़ता होया, मोरो मंडी की टीम के हिस्से पुआण जुड़ता होया। ला मोरो मंडी वाला इस वेले सोनू आपा वेखते भी यह भी प्रसिद्ध धावी है, दुआबे के कबड्डी कप्पा का, कई कबड्डी कप्पा का बेस्ट धावी है। ला इस वेले सोनू मेरी भी पुआण जोड़ा अपनी टीम के हिस्से जुड़ता होया। कणेच वर्ष पावा खागट, अगले मैच दिया दोनों ही टीम, कणेच वर्ष पावा खागट दोनों टीमों के खिलाड़ियों को बेनती है जल्दी नाल तैयारी फड़ के मैदान में आ जाए। कल 19 फरवरी की तरीक जी खमानो लागे, नवा पिंड खमानो के लागे मेरे नवा पिंड रामगढ़, जिथे 1,11,000 ते 75,000 के नामों लिए कबड्डी एक पिंड ओपन, 3 खिलाड़ी बाहर हो गए। बाकी यूएसए वाला साडा भी सदे पत्र दे रहे हैं, ये जानकारी देवे कबड्डी के खिलाड़ियों, कबड्डी के चहेतियां। ला मोरो मंडी वाला दुआबे का कबड्डी कोच बिंदर सिंह जी तूर उन्होंने चंडिया होया। ला इस वेले नौजवान खिलाड़ी कहते मैदान के पल है कबड्डी, चार जाफी दिल्ले पासे तैयार ने। लो कम्मू मेरे वीरियो, मोरो मंडी वाला कम्मू इस वेले मैदान दे विच कबड्डी पाना होया। और बब्बू खन्ने वाला ग्राउंड विच आ रही मेरा वीर बब्बू खन्ने वाला कबड्डी का प्रसिद्ध बुलारा, मेले लालको वाले का धन्यवाद है, मेरे तो पहला माइक ते बहुत सोहनी सांभ पा के गया साडा वीर। उधर लहारा ग्रुप दो साडे परमजीत सिंह जी लहारा चेयरमैन, गोरखा लहारा, दविंदर लहारा, राजू लहारा, जस्सा लहारा, गगू उथे, सुखप्रीत बाला साडा वीर, मलकीर सिंह जी, जस्सा साडा वीर, लहारा ग्रुप का बहुत बहुत धन्यवाद है। ये सारे साडे सत्कार वीर जिन्हां वल्लों हर एक मैच की जेतू टीम लई 100 रुपए का माण है। उथे कहिंदी 25,000 दे सहयोग ने इस खेड मेले दे वास्ते, कि चंगे काम चंगिया विचारां दीआं गल्लां, माड़े काम होण यार मारां दीआं गल्लां, कबड्डी च ना होण हथियारां दीआं गल्लां, जोर वाले चोटी ते स्टारां दीआं गल्लां, कदे मोटरसाइकिल ते कदे कारां दीआं गल्लां, सुखी आके होवे सदा देश ते विदेश विच, सुखी आके होवे सदा एक ते अनेक विच, सुख नाल खरारो ग्रुप वर्गे यारां दीआं गल्लां, सुख नाल हारे ग्रुप वर्गे यारां दीआं गल्लां, सुख नाल कहिंदे करन योद्धा वर्ग यार दीआं गल्लां। साडे दरम्यान सरबजीत सिंह जी जीती, दीपक वर्मा जी, इकबाल सिंह जी कंध पाली मोहाली, खमानो ग्रुप का बहुत बहुत धन्यवाद है जिन्हों वालों 25,000 का सहयोग है। माइक से साडा वीर यादविंदर। साडे दरम्यान सरदार जगदेव सिंह जी जग्गू, कबड्डी खिडारी मानगढ़ तो पहुंचे, निकी जिया उन्होंने अज के कबड्डी कप च पहुंचण ते उत्थे एक बार फिर धन्यवाद करते हैं। प्रितपाल सिंह जी देओल, गगनदीप सिंह जी पनाग, इन्हां दानी वीरां दे नाल ही स्वर्गवासी सुच्चा सिंह दे परिवार का जिन्होंने 75 किलो का सैकंड प्राइज देना है, बहुत बहुत धन्यवाद है। नाल ही जिंदर किरियाना स्टोर
कल तो काफी जिहड़ी सेवा कर रहे ने इस खेड मेले की जिंदर किरियाना स्टोर का बहुत बहुत धन्यवाद। माइक ते अगली गल फिर ओम कटियाना जी। उधर सिंगापुर दे विच बैठा साडा वीर जगविंदर सिंह कबड्डी 365.com दे जरिए एक एक कबड्डी नूं लाइव वेख रहा है। उस वीर वल्लों बहुत सारे मान ने इस खेड मेले दे वास्ते। उत्थे ही प्रतपाल सिंह जोल यूएसए सनी साडा वीर मुद्रा नवी बाडवा बेदी भंगू गुड़ी उत्थे ही नवी जगविंदर सिंह जी सिंगापुर ये साडे एन आर आई वीर जिहड़े विदेशों विच बैठे हुए एक एक कबड्डी नूं वेख रहे हैं इन्हों का विशेष तौर पर धन्यवाद है। इधर पामा खागर की प्रसिद्ध टीम मेरे भी मैदान के पुज गई है। कनेज की टीम के खिलाड़ियों को बेनती है, कनेज की टीम के खिलाड़ी जेड़े वो भी जल्दी का तैयारी फड़ के मैदान के बाहरले पासे पुजन ला मैदान में। इस वेले अगली कबड्डी पाने वाले आप देखते हैं नागवर वध्या मलक की धरती का जिथों के हिंदे वर्गों का नाम कहते कबड्डी मशहूर हो गया है। ला हिंदा मलक वाला अजकल कहते बहुत तकड़े जफे लाता हरजीत तलवार कबड्डी क्लब जगराउन की गल। ला इधर पासे पामा बवानी वाला जिंदरा लसाड़े वाला साढ़े वीर फासला करते हुए ये पॉइंट है जेड़ा मैदान मलक की टीम ने इसे जा जुड़े। ला कमू फिर मैदान अगली कबड्डी पाने वाले वधे के खेड मल्ला मशहूर कहते खैरे पिंड कबड्डी वालों का नाम चुफेरे खिंडदा मार के सुहागा है ग्रांड वाई हुई चिट्टी गली देख लाना उत्ते पाई हुई धन भाग शखीतां दे पैर पाए है सुखी बब्बू बाए बोल सच ही सुनाए है सुखी बब्बू खाने वाले ने के बोल सच ही सुनाए है। लाओ सुखी ककराले वाले ने कहने वखरियां जी लाइना लिखिया अज के सुखेड़ मेले के वास्ते अज के इस कबड्डी कप के वास्ते। उधर बिल्ला वलतों वाला नेवरियो मुस्कैनी हसद है। ला मैदान फिर पाई हुई कबड्डी गभरू की चार जाफे तैयार ने चार जाफे में आप देखते भी इस वे वह कहते भी गीतू नौजवान ने ट्राई की जफा लाने के लिए लाहे नी खुले आ रहे हैं समा भी आ रहे हैं ये पॉइंट भी आप देखते हैं। मैदान नौजवान ने अपनी टीम के हिस्से जुड़े परमजीत सिंह लाहौरा चेयरमैन उथे गोरखा दविंदर सिंह जी राजू जस्सा गगू सुखप्रीत पाला मलकीत जस्सा लहारा ग्रुप का धन्यवाद है। खमानो ग्रुप का उथे जलंधर ग्रुप का धन्यवाद है। ला वेखो सामने इस वेले दुआबे का खिलाड़ी बहुत ही शानदार अंक जिहड़ा अपनी टीम के हिस्से जुड़ता होया कनेच के पामा खागड़े रोटी वाल ते फुल्लां वाल इधर पंजाबी सभ्याचार की गल के हुसन लभना नहीं पंजाब वर्गा ना फुलते ना फुलकारियां ने यार मिलिया नहीं यार ले मरन वाला फोकी तौर ते झूठियां यारियां ने जंग प्यार दी होवे भावे दुश्मनी दी मल्ला तुसी पंजाबी मारियां ने मखण बराड़ ने घुम ले कुल दुनिया सची बिच पंजाब सरदारियां ने सची बिच पंजाब सरदारियां ने अज सरदारी कायम है। उसे कहने कबड्डी के महान खिलाड़ी मनजोत सिंह माछीवाड़ा का विशेष तौर पर सम्मान किया जाना है। वेव वर्ल्ड कबड्डी लीग का जो बश धावी बनिया और कनेडा भी टॉप खेडिया और पंजाब भी कहते मालवा कॉलेज बादली सवराले की अकैडमी ली कबड्डी कुछ हरबंस सिंह दयालपुरा तैयार किया हो कहते भी मनजोत सिंह माछीवाड़ा साहब वो अब विशेष तौर पर सम्मान किया जाना है। उसे कबड्डी स्टार तेजी नियामपुर उसे इसे नगर का प्रताप सिंह खैरा नाल ही कहते भी हरदीप सिंह राणी वाला दिक्कत सुनी नत्त पुजे हुए हैं लवली सहेड़ी वाला इन्होंने विशेष तौर पर सम्मान किए जाने हैं जेडे अज महान खिलाड़ी पुजे उधर राजू लत्तां वाला साड़ा वीर उस वीर का भी फिर तो धन्यवाद है। जिथे के गल है डीएसपी सरदार अमरजीत सिंह जी काका खैरा उथे एक होर काका कहने इसे नगर का कबड्डी का महान खिलाड़ी होया है वह भी विशेष तौर पर जुड़िया इस मैदान के नाल कबड्डी की महान मेरे शखीतों की गल आप करते जावे। उधर मेन मंच के नाल जिन्हिया भी शखीत जुड़िया ने सारा का धन्यवाद है और रनिंग कमेंटरी बब्बू खन्ने वाला दास रल मिल के सज पाई जावे इस मैदान की बब्बू खन्ने वाला जेतू टीम 100 रुपए का जो स्पैशल प्राइज साढ़े को प्राप्त कर ले जेड़ा कि डीएसपी साहब ने टीम ने दिता जेतू टीम है जी 100 रुपया साढ़े को प्राप्त कर ले। हेलो
कबड्डी ओपन का यह तीजा जरा मैच इस वे शुरू होने जा रहे हैं। गल करा मैं इन्हों दोनों पिंड सानेवाल एरिए दोनों पिंड बड़े मशहूर पिंड ने क्योंकि कनेच पिंड के बिलू ने कहते तकड़ी कबड्डी खेडी दुनिया भर के नाम है बहुत बड़ा बिलू कनेची का और दूसरी साइड पमा खाकट पिंड है जिथों के मेरे वीर खाड़कू का कहते बड़ा नाम रहा रबों के हरविंदर सिंह मिलकर कहते मेले लुटे जिस गभरू ने यूके के खेड ग्राउंडां दे बहुत ही शानदार मैच इस वेले दोनों टीमों के दरमियान जरा शुरू होने जा रहे हैं। साढ़े तो पहला ओम कड़ियाने वाला बेला लालतों वाला उधर स्टेज उत्ते यादविंदर चंडियाला जी ये सारे कबड्डी के प्रसिद्ध बुलारियां दा जिथे मैं बहुत बहुत धन्यवाद कर रहा उत्थे अमन लोपो रुपिंदर जलाल वो भी साढ़े वीर थोड़े समय बाद जिहड़े पुजन वाले है तरना जोधां वाला यार दा यार है नाल मैं वेखदा भी सुखजीत लाली हड़ाइचां वाला जिस वीर उन्होंने अंग्रेज उन्होंने अपनी मेहनत के नाल कहिंदे दुनिया के नाम उच्चा किया हड़ाइचा पिंड का और थोड़े दिन पहला कहिंदे कबड्डी कप करवाया वह भी साडे वीर विशेष तौर पर पुजे हुए ने बहुत बहुत धन्यवाद उन्हों का। इस कबड्डी की मैं गल करा कि चुम के मिट्टी ग्राउंड की मथे नाल शेर ने लाई मीच के अखा बछों आनिया बस एको गल त्याई कि तेरी रहमत नाल ही सजूगा मेरे सिर ते जित दा ताज मैं चलिया कौड़ी पाउण बई मेरी रखी दाते लाज मैं चलिया कौड़ी पाउण बई मेरी रखी दाते लाज हैवन दी कबड्डी और सामने नौजवान कहिंदे फोर दे तौर ते जाणा जांदा मेरी वीरो ये नौजवान कहिंदे फोर ने ट्राई की जफा लाउण दी पर पहला नंबर मैं वेखदा भी हैवन अपनी टीम दे हिस्से जुड़ गया हैवन दे लई बड़े मान सम्मान ने सॉरी जेतू टीम के लिए मान सम्मान हो गए सरदार परमजीत सिंह जी लोहारा चेयरमैन साहब गोरखा लोहारा जी दविंदर लोहारा राजू लोहारा जसा लोहारा जी गगू लोहारा जी सुखजी लोहारा जी पाला लोहारा मलकीत लोहारा ते जसा लोहारा ये सारे वीरां दा विशेष तौर पर बहुत बहुत धन्यवाद है। हीरा पिंड इस नौजवान का कहिंदे कुहाड़े दे लागे वसिया पिंड है मेरी वीरो गुरु गोबिंद सिंह कबड्डी क्लब कोटली थान सिंह की टीम वालों खेलता नौजवान इस वे मैं वेखदा भी सेवा हीरा पिंड वाला मैदान कबड्डी पा रहे हैं उधर चार जाफी ने कनेज पिंड दे एक पासे नौजवान बाजी नाल मैं वेखदा भी अमनिंदर सिंह अमृतपाल नाल मैं वेखदा भी नौजवान मेरे वीरों फोड़ वर्गे सुखी वर्गे है इस वेले नौजवान सेवे की पैंदी कबड्डी चार जाफी में फोड़ भी जफा लाओ या फिर मुकाबला वेखो इस वेले डबल टच और नंबर मैं वेखदा भी धावी दिशे जुड़ गया उधर तेजी निजामपुर का भाणा वापरिया सड़क हादसे में कहते लत कटी गई क्योंकि पप्पी वीर उन्होंने जिन्ना समा कबड्डी खेड जिन्ना समा खेड़ता रहेगा साढ़े वीर ने एक गल आखी है मैं दशमेश कबड्डी क्लब कालख के नाल कहिंदा जुड़िया रहांगा और तेजी निजामपुर ने भी कहिंदे कालख की खेड क्लब के लिए दुनिया भर के बहुत बड़ा नाम उच्चा किया अपने पिंड का तेजी निजामपुरिया साड़ा वीर विशेष तौर पर पुजूगा अज मान सम्मान किए जाएंगे उस नौजवान के पर मैदान में मैं देखता भी कनेची है बिलू के पुत की कबड्डी से नौजवान तारी पामिया वाला जफा ला के इस वे शानदार नंबर अपनी टीम के जुड़ गया रोटी वाल वर्ष च फुलां वाल का मैच खेडा जाना यह दोनों टीम ग्राउंड के नेड़े आ जा रोटी वाल वर्ष च फुलां वाल अगला मैच जरा इन्होंने दोनों टीमों के दरमियान होगा इस नौजवान का कहते भड़ी पिंड है मेरे वीरू जड़े पिंड कहते राजू ने मशहूर किया दुनिया के इस कबड्डी से एक सौ रुपया साढ़े लोहारा ग्रुप वाले वीर उन्होंने वालों एक सौ रुपया इस नौजवान कहते हैवन की कबड्डी से है जिन्हों वीर वालों 25,000 रुपए के कहते बड़े योगदान पाए गए हैं उधर पप्पी खैरिया वाले यार जिंदर ढट्टा वाला कहते विशेष तौर पर पुजा हुआ नाल मेरे वीरों मानक जोधा वाला तरने उनी नाल कहते लाली हड़ाइचिया वाल का बहुत बड़ा नाम है कि यारां नूं यारां दे हुंदे हौसले मोढे उत्ते रखी हुई दनाली वर्गी अज वाकई खैरिया की धरती से दुनिया भर के कहते स्टार यार पुजे हुए ने मैदान में मैं वेखदा भी ये नौजवान मेरे वीरों बाबे दे नाल जाने जांदा अमृतपाल सिंह बाबा इस वेले कनेच पिंड का कबड्डी पागी लखा जिहा नंबर अपनी टीम के हिस्से जोड़ता होया आ भी सेवा पावेगली कबड्डी कि खेड कबड्डी के हुण ने दिन चंगे ताईं उह तरक्की दीआं पौड़ियां चढ़ी जांदी कि पहला खेड सी कल्ले पंजाबियां दी कुल दुनिया के राज हुण करी जांदी कि भदौड़ वाले कबड्डी के की कहने कबड्डी फुल तरक्कियां करी जांदी कबड्डी फुल तरक्कियां करी जांदी वाकई खेड कबड्डी ने कहिंदे तरक्की कीती है मेरी वीरो लो मैदान में वेखो सेवे की कबड्डी और नंबर इस वेले ये नौजवान अमनिंदर सिंह अपनी टीम के हिस्से जुड़ गया अमृतपाल सिंह ला तकड़ा जफा शानदार नंबर अपनी टीम के हिस्से जुड़ता हो
आज का कबड्डी कप www.kabaddi365.com के जरिए पूरी दुनिया के विच कहिंदे लाइव दिखाए जा रहे हैं। विदेशों में बैठे साडे वीर लाइव जुड़े हुए हैं अज्ज कबड्डी कप के नाल। लो इधर मैदान में देखो बाबे की पैंदी कबड्डी, एक पासे कीपा खाड़कू ਇਹ ਨੌਜਵਾਨ ਦਾ ਆਸਟ੍ਰੇਲੀਆ ਦਾ ਕਹਿੰਦੇ ਵੀਜ਼ਾ ਲੱਗਿਆ ਮੇਰੇ ਵੀਰੋ, ਆਸਟ੍ਰੇਲੀਆ ਦੇ ਖੇਡ ਗਰਾਊਂਡ ਵਿੱਚ ਕਹਿੰਦੇ ਜੱਫੇ ਲਾਉਣੇ ਨੇ ਖਾੜਕੂ ਨੇ, ਪਮਿਆਂ ਦੀ ਧਰਤੀ ਦਾ ਛੋਟਾ ਖਾੜਕੂ। ਦੋ ਭਰਾਵਾਂ ਨੇ ਕਹਿੰਦੇ ਕਬੱਡੀ ਖੇਡੀ ਹੈ, ਵੱਡਾ ਖਾੜਕੂ ਅਤੇ ਛੋਟਾ ਖਾੜਕੂ, ਕੀਪਾ ਖਾੜਕੂ ਕੁਝ ਹਲਕੀ ਜੀ ਨੋਕ ਝੋਕ ਹੈ। ਰੈਫਰੀ ਦਾ ਫੈਸਲਾ ਅਟਲ ਫੈਸਲਾ ਹੋਵੇਗਾ, ਸਾਰੇ ਪਲੇਅਰ ਜਿਹੜੇ ਨੋਟ ਕਰ ਲੈਣਗੇ ਰੈਫਰੀ ਦਾ ਫੈਸਲਾ ਪਹਿਲਾ ਤੇ ਆਖਰੀ ਫੈਸਲਾ ਹੋਵੇਗਾ। ਜਿੱਦਾਂ ਅੱਜ ਜੁੜੇ ਆਪਾਂ ਖਹਿਰਿਆਂ ਦੀ ਧਰਤੀ ਦੇ 22 ਅਤੇ 23 ਤਰੀਕ ਹੈ ਕਹਿੰਦੇ ਕੁੱਬਿਆਂ ਦੇ ਕਬੱਡੀ ਕੱਪ ਦੀ ਮੇਰੀ ਵਿਊ ਮਾਂਗਟ ਬਰਿਆਮ ਖੇਡ ਸਟੇਡੀਅਮ ਵਿੱਚ ਆਪਾਂ ਸਾਰਿਆਂ ਨੇ ਪਹੁੰਚਾਉਣਾ ਜੱਸਾ ਕੁੱਬਿਆਂ ਵਾਲਾ। ਸਾਡੇ ਵੀਰ ਮਿੱਥੋਂ ਨਹੀਂ ਕਹਿੰਦੇ ਖੁੱਲੇ ਸੱਦੇ ਦੇ ਰਹੇ ਨੇ ਕੁੱਬਿਆਂ ਦੇ ਕੱਪ ਦੇ, ਪਰ ਇੱਧਰ ਮੈਦਾਨ ਦੇ ਵਿੱਚ ਵੇਖੋ ਇੱਕ ਪਾਸੇ ਨੌਜਵਾਨ ਬਾਜੀ, ਵਾਹ ਓਏ ਗੱਭਰੂਆ ਬਾਜੀ, ਬਾਜੀ ਤੇ ਹੈਵਨ ਔਰ ਸਫਲਤਾ ਧਾਵੀ ਦੇ ਕਦਮ ਜਮੰਦੀ ਹੋਈ। ਇਸ ਵੇਲੇ ਹੈਵਨ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਵਿੱਚ ਜੋੜ ਗਿਆ। ਰੋਡੀ ਵਾਲ ਦੀ ਟੀਮ ਜੇ ਪੁੱਜ ਗਈ ਤਾਂ ਹੱਥ ਖੜਾ ਕਰ ਦੇਵੇ। ਫੁੱਲਾਂ ਵਾਲ ਦੀ ਟੀਮ ਆ ਵੇਖਦਾ ਵੀ ਪੁੱਜ ਚੁੱਕੀ ਹੈ, ਰੋਡੀ ਵਾਲ ਦੀ ਟੀਮ ਤੱਕ ਨਹੀਂ ਪੁੱਜੀ। ਰੋਡੀ ਵਾਲ ਦੀ ਟੀਮ ਦੇ ਖਿਡਾਰੀਆਂ ਨੂੰ ਫਿਰ ਤੋਂ ਮੇਰੀ ਬੇਨਤੀ ਹੈ, ਜੱਸੀ ਹੋਣੀ ਜੱਸੀ ਰੋਡੀ ਵਾਲੀ ਆ ਆਪਣੀ ਟੀਮ ਲੈ ਕੇ ਜਲਦੀ ਦੇ ਨਾਲ ਹੀ ਮੈਦਾਨ ਵਿੱਚ ਪੁੱਜੇਗਾ। ਲੈ ਵੀ ਜੱਸੀ ਬਾਹਰਲੀ ਸਾਈਡ ਹੈ ਬਾਰਵਾਂ ਪਰੇ, ਉਹ ਚੱਲਦੇ ਮੈਚ ਵਿੱਚ ਸਾਡੀ ਬੇਨਤੀ ਹੈ ਵੀ ਕੋਈ ਟੀਮ ਗਰਾਊਂਡ ਵਿੱਚ ਨਾ ਆਵੇ ਕਿਉਂਕਿ ਬਾਹਰਲੀ ਸਾਈਡ ਦੀ ਟੀਮਾਂ ਦੀਆਂ ਬਾਰਵਾਂ ਪੁੱਣ ਗਈਆਂ। ਉਧਰ ਸਟੇਜ ਦੇ ਉੱਤੇ ਸਰਦਾਰ ਬਿਕਰ ਸਿੰਘ ਜੀ ਬੈਠੇ ਨੇ, ਉਹਨਾਂ ਦੇ ਨਾਲ ਮੈਂ ਵੇਖਦਾ ਵੀ ਜਿਮੀਦਾਰ ਢਾਬੇ ਵਾਲੇ ਹੈਪੀ ਜਰਗੜੀ ਵਾਲੇ ਦੇ ਮਾਮਾ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ, ਉਹਨਾਂ ਨੂੰ ਫਤਿਹ ਬੁਲਾਉਂਦੇ ਆ। ਇੱਧਰ ਮੈਦਾਨ ਦੇ ਵਿੱਚ ਵੇਖੋ ਇਸ ਵੇਲੇ ਨੌਜਵਾਨ ਕਹਿੰਦੇ ਬਾਬੇ ਦੀ ਕਬੱਡੀ ਪੈ ਚੁੱਕੀ ਹੈ ਮੇਰੀ ਵੀਰੋ। ਚਾਰ ਜਾਫੀ ਚੌਹਾਂ ਵਿੱਚੋਂ ਨੌਜਵਾਨ ਕੀਪਾ ਗੋਪੀ ਸਿੰਘ ਜਾਂ ਫਿਰ ਨੌਜਵਾਨ ਕਹਿੰਦੇ ਤਾਰੀ ਜਫਾ ਲਾਓ, ਆ ਇਹ ਕਹਿੰਦੇ ਪਮਿਆਂ ਵਾਲੇ ਖਾੜਕੂ ਦਾ ਛੋਟਾ ਵੀਰ ਮੇਰੀ ਵੀਰੋ ਕੀਪਾ ਖਾੜਕੂ, ਜਿਸ ਨੌਜਵਾਨ ਨੇ 7 ਮਾਰਚ ਨੂੰ ਪਹਿਲਾਂ ਮੈਚ ਖੇਡਣਾ ਕਹਿੰਦੇ ਆਸਟ੍ਰੇਲੀਆ ਦੇ ਵਿੱਚ, ਪਰ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੋਈ। ਸੇਵੇ ਹੀਰਾਂ ਵਾਲੇ ਦੀ ਕਬੱਡੀ, ਲੈ ਵੀ ਕਡਿਆਣੇ ਵਾਲਾ ਗੱਲ ਕਰ ਇਸ ਨੌਜਵਾਨ ਦੀ ਪੈਂਦੀ ਕਬੱਡੀ ਦੀ। ਕਬੱਡੀ ਕੋਚ ਸੁਖੀ ਭਾਗੀਕੇ ਦਾ ਚੰਡਿਆ ਹੋਇਆ ਲਾ ਇਸ ਵੇਲੇ ਸੇਵਾ ਹੀਰਾ ਪਿੰਡ ਦਾ, ਬਹੁਤ ਹੀ ਸ਼ਾਨਦਾਰ ਅੰਕ ਆਪਣੀ ਟੀਮ ਦੇ ਹਿੱਸੇ ਜੁੜਦਾ ਹੈ। ਬਹੁਤ ਹੀ ਤਕੜੇ ਮੈਚ ਅੱਜ ਖੇਡੇ ਜਾਣੇ ਹੈ। ਪੱਪੀ ਵੀਰਾਂ ਦੇ ਵਿਸ਼ੇਸ਼ ਸੱਦੇ ਪੱਧਰ ਤੇ ਕਹਿੰਦੇ ਦੁਨੀਆ ਦੇ ਮਹਾਨ ਖਿਡਾਰੀ ਜਿਹੜੇ ਅੱਜ ਇਸ ਧਰਤੀ ਤੇ ਪੁੱਜਣੇ ਹੈ, ਉੱਥੇ ਆਪਾਂ ਵੇਖਦੇ ਹਾਂ ਜਿੱਥੇ ਸਾਡਾ ਵੀਰ ਤਰਨ ਯੋਧਾ ਵਾਲਾ, ਮਾਨਕ ਯੋਧਾ ਵਾਲਾ, ਸੇਵਕ ਤਰੀਕਿਆਂ ਵਾਲਾ ਸਾਡਾ ਰਿਸ਼ੇ ਤੌਰ ਤੇ ਪੁੱਜਿਆ ਹੈ। ਬਿਕਰ ਸਿੰਘ ਜੀ ਨੱਤ, ਰਾਜੂ ਨੱਤਾਂ ਵਾਲਾ, ਉੱਥੇ ਆਪਾਂ ਧੰਨਵਾਦ ਕਰਦੇ ਹਾਂ ਤੇਜੀ ਨਿਯਾਮਪੁਰ ਦਾ, ਕਬੱਡੀ ਕੁਝ ਸੁਖਦੀਪ ਲਾਲੀੜਾ ਚਾਹਵਾ ਲਾ। ਇਧਰਲੇ ਪਾਸੇ ਆਪਾਂ ਵੇਖਦੇ ਹਾਂ ਪਾਮਾ ਬਵਾਨੀ ਵਾਲਾ ਫੈਸਲਾ ਕਰਦਾ, ਇਹ ਸਿੱਖ ਸਰਦਾਰ ਮੇਰੀ ਵੀਰਿਓ ਕਣੀਚ ਪਿੰਡ ਦਾ ਇਸ ਵੇਲੇ ਬਹੁਤ ਹੀ ਤਕੜਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੁੜਦਾ। ਰੋਡੀ ਵਾਲ ਤੇ ਫੁੱਲਾਂ ਵਾਲ, ਖਾਲਾ ਤੇ ਮਲਾਦ ਰੋੜੀ ਆ, ਉਸ ਤੋਂ ਬਾਅਦ ਮਤੋਈ ਤੇ ਜਰਗੜੀ ਅਗਲੇ ਮੁਕਾਬਲੇ ਦੀਆਂ ਟੀਮਾਂ ਜਿਹੜੀਆਂ ਸਮੇਂ ਦੇ ਨਾਲ ਪੁੱਜਣਗੀਆਂ। ਲਓ ਸਾਹਮਣੇ ਸੇਵਾ ਮੇਰੀ ਵੀਰਿਓ, ਡਾਲੇ ਉੱਪਰ ਮੇਰੇ ਆਪਣੇ ਬੇਟੇ ਦੀ ਫੋਟੋ ਖੜਵਾਈ ਹੋਈ ਹੈ ਇਸੇ ਨੌਜਵਾਨ ਨੇ, ਲਓ ਵੇਖਦੇ ਵੀ ਸੇਵਾ। ਔਰ ਦੂਜੇ ਪਾਸੇ ਲੰਮ ਸਲਮੇ ਕੱਦ ਵਾਲਾ ਸਿੱਖ ਸਰਦਾਰ ਕਿ ਅਮਰਜੀਤ ਸਿੰਘ ਜੀ ਖਹਿਰਾ, ਦਿੰਦੇ ਸੱਚ ਉੱਤੇ ਪਹਿਰਾ ਹੁਸ਼ਿਆਰ ਸਿੰਘ ਜੀ ਖਹਿਰਾ, ਪਿਆਰ ਕੌਡੀ ਨਾਲ ਗਹਿਰਾ, ਫਿਰ ਮਗਰ ਸਿੰਘ ਖਹਿਰਾ ਸੀਗਾ ਸੁਪਨਾ ਸੁਨਹਿਰਾ, ਪੁੱਤਰ ਬਣ ਗਿਆ ਕਬੱਡੀ ਦਾ ਸਟਾਰ ਖਹਿਰੇ ਦਾ, ਪੂਰੀ ਹੈ ਚੜ੍ਹਾਈ ਬੰਨੇ ਚੰਨੇ, ਲੋਕੀ ਪੁੱਛਦੇ ਨੇ ਨਾਮ ਗੂੰਜਦਾ ਪੰਜਾਬ ਨਾਲੇ ਬਾਹਰ ਖਹਿਰੇ ਦਾ, ਨਾਮ ਗੂੰਜਦਾ ਪੰਜਾਬ ਨਾਲੇ ਬਾਹਰ ਖਹਿਰੇ ਦਾ, ਪੰਜਾਬ ਦੇ ਵਿੱਚ ਵੀ ਔਰ ਬਾਹਰਲੇ ਮੁਲਕਾਂ ਵਿੱਚ ਵੀ ਕਹਿੰਦੇ ਖਹਿਰੇ ਪਿੰਡ ਦਾ ਨਾਮ ਪੂਰਾ ਕਹਿੰਦੀ ਵੀ ਰੋਸ਼ਨ ਹੈ। ਸੁਖੀ ਕਕਰਾਲੇ ਵਾਲੇ ਨੇ ਇਹ ਵੱਖਰੀਆਂ ਲਾਈਨਾਂ ਲਿਖੀਆਂ, ਉਧਰ ਅਕਬਰ ਖਾਨ ਨਾਲ ਹੀ ਰਿੰਕਾ ਸਾਡੇ ਵੀਰ ਉਹ ਵੀ ਤੱਕਦੇ ਆ। ਲਓ ਕੀਪਾ ਵੀ ਵਜੋ ਇਸ ਵੇਲੇ ਨੌਜਵਾਨ ਕੋਸ਼ਿਸ਼ ਕਰਦਾ ਹੋਇਆ, ਪਰ ਇਹ ਸਿੱਖ ਸਰਦਾਰ ਗਣੇਸ਼ ਪਿੰਡ ਦਾ ਬਹੁਤ ਹੀ ਤਕੜਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੁੜਦਾ। ਆ ਵੀ ਇੰਦਰਜੀਤ ਸਿਆ ਤਾਂ ਨੌਜਵਾਨਾਂ ਕਬੱਡੀ ਕਾਰਗਲ ਇਸੇ ਮਾਂ ਖੇਡ ਕਬੱਡੀ ਦੀ ਨੌਜਵਾਨਾਂ ਸਾਹਮਣੇ ਆਪਾਂ ਵੇਖਦੇ ਵੀ ਚਾਰ ਜਾਫੀ ਤਿਆਰ ਨੇ। ਕੱਲ 19 ਫਰਵਰੀ ਜਿੱਥੇ ਖਮਾਨੋ ਲਾਗੇ ਰਾਮਗੜ੍ਹ ਨਵਾਂ ਪਿੰਡ ਹੈ, ਔਰ 20 ਫਰਵਰੀ ਕਹਿੰਦੇ ਸਾਹਨੇਵਾਲ ਦਾ ਕਬੱਡੀ ਕੱਪ ਹੈ, 20-21-22 ਫਰਵਰੀ ਮਾਲਵਾ ਕਾਲਜ ਬਾਦਲੀ ਸਮਰਾਲੇ ਦੇ ਖੇਡ ਮੈਦਾਨ ਵਿੱਚ ਸ਼ਾਨਦਾਰ ਕਬੱਡੀਆਂ ਪੈਣਗੀਆਂ। 19-21 ਫਰਵਰੀ ਉਧਰ ਦੀਪਾ ਮਠੱਡਿਆਂ ਵਾਲਾ, ਦੇਵ ਮਠੱਡਿਆਂ ਵਾਲਾ ਸਾਡਾ ਵੀਰ ਕਬੱਡੀ ਕੁਛ ਸੁਖਦੀਪ ਲਾਲੀ ਹੋਣੇ ਆਖਦੇ ਵੀ 19-21 ਫਰਵਰੀ ਮਠੱਡਿਆਂ ਦਾ ਕਬੱਡੀ ਕੱਪ ਹੋਵੇਗਾ, ਜਿੱਥੇ ਪਹਿਲਾ ਨਾਮ 1.5 ਲੱਖ ਔਰ ਦੂਜਾ ਨਾਮ 75,000 ਰੁਪਇਆ ਹੋਵੇਗਾ। ਉੱਥੇ 21-22 ਫਰਵਰੀ ਘੁੜਾਣੀ ਦੇ ਕਬੱਡੀ ਕੱਪ ਦੀਆਂ ਤਰੀਕਾਂ ਨੇ, ਇਹ ਆਉਣ ਵਾਲੇ ਪੰਜਾਬ ਦੇ ਖੇਡ ਮੇਲੇ। 22-23 ਫਰਵਰੀ ਕੁੱਬਿਆਂ ਦਾ ਕਬੱਡੀ ਕੱਪ, ਜਿੱਥੇ ਵਜਨੀ ਵਰਗ ਵਿੱਚ ਮੋਬਾਈਲ ਫੋਨ ਦਿੱਤੇ ਜਾਣੇ ਆ, ਔਰ ਓਪਨ ਦੇ ਵਿੱਚ LCDਆਂ ਦੇ ਮਾਣ ਤੇ ਬਿੱਟੂ ਸਪੇਨ ਵੱਲੋਂ ਕਮਲ ਕੁੱਬੇ ਨੂੰ ਕਹਿੰਦੇ ਬੁਲਟ ਮੋਟਰਸਾਈਕਲ ਦੇ ਮਾਣ ਦਿੱਤੇ ਜਾਣੇ ਆ।
ਸਾਡੇ ਕੁੱਬਿਆਂ ਵਾਲੇ ਸਤਿਕਾਰਯੋਗ ਵੀਰ ਪੁੱਜੇ ਹੋਏ ਆ ਸਾਰੇ। ਉਧਰ ਗੁਰਪ੍ਰੀਤ ਸਿੰਘ ਪਾਮਾ ਖਾਕੜ ਵਾਲਾ ਬਹੁਤ ਹੀ ਤਕੜਾ ਪੁਆਣ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਆ ਵੀ ਨੌਜਵਾਨ ਆਗਲੀ ਕਬੱਡੀ 24-25-26 ਫਰਵਰੀ ਰੁੜਕਾ ਪਿੰਡਾਂ ਗੁਰਾਇਆਂ ਦੇ ਲਾਗੇ ਜਿੱਥੇ ਬੱਬੂ ਮਾਨ ਤੇ ਗਿਆਰੀ ਸਿੱਧੂ ਲਾਗੇ ਦੇ ਨੂੰ ਖੁੱਲਾ ਖੜਾ ਹੋਵੇਗਾ ਉੱਥੇ ਵੀ ਪਹਿਲਾ ਨਾਮ 1.5 ਲੱਖ ਦੂਜਾ ਨਾਮ 75 ਯਾਰਡ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ 8 ਅਕੈਡਮੀ ਬਣ ਗਈਆਂ 25-26-27 ਫਰਵਰੀ ਸਾਡਾ ਵੀ ਰਾਜੂ ਨੱਤਾਂ ਵਾਲਾ ਆਖਦਾ ਵੀ 25-26-27 ਫਰਵਰੀ ਜਿਹੜੀ ਹਰਨਾਮਪੁਰਾ ਪਿੰਡ ਹੈ ਬਿਲਕੁਲ ਨੱਤ ਦੇ ਲਾਗੇ ਹਰਨਾਮਪੁਰੇ ਪਿੰਡ ਵਿੱਚ ਕਬੱਡੀਆਂ ਪੈਣਗੀਆਂ 25-26-27 ਹਰਨਾਮਪੁਰਾ ਨੱਤ ਲਾ ਮਸ਼ਹੂਰ ਖੇਡ ਮੇਲਾ ਹੋਵੇਗਾ 27 ਫਰਵਰੀ 28 ਅਤੇ 1 ਮਾਰਚ ਜਿੱਥੇ ਚੰਪਾ ਪਿੰਡ ਹੈ ਉੱਥੇ ਸਾਡਾ ਵੀ ਰੱਖਦਾ ਬੱਬੂ ਖੰਨੇ ਵਾਲਾ 1 ਮਾਰਚ ਕਹਿੰਦੇ ਕੁੱਪ ਕਲਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਕਬੱਡੀਆਂ ਪੈਣਗੀਆਂ ਲਓ ਕਣੀਚ ਵਾਲੇ ਬਿੱਲੂ ਜੀਆਂ ਦਾ ਸਪੁੱਤਰ ਕਬੱਡੀ ਪਾ ਰਿਹਾ ਖੰਨੇ ਵਾਲਾ ਗੱਲ ਕਰੋ ਅਗਲੀ ਕਿ ਪੱਟਾਂ ਦੇ ਨਾਲ ਪੱਟਦੇ ਕਹਿੰਦੇ ਡੌਲੇ ਉਹਨੇ ਦੇ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾਂ ਕਰਕੇ ਪੁੱਛਦੇ ਆ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਜਦ ਵਿੱਚ ਮੈਦਾਨ ਦੇ ਬੁਕਦੇ ਆ ਭਰਮੇ ਜੇ ਸਰੀਰ ਵਾਲਾ ਨੌਜਵਾਨ ਕਹਿੰਦੇ ਤੇਜ਼ੀ ਕਬੱਡੀ ਪਾ ਕੇ ਵਾਪਸ ਗਿਆ ਇੱਧਰ ਮੈਂ ਦੇਖਦਾ ਵੀ ਇੰਦਰਜੀਤ ਸਿੰਘ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੋ ਉਧਰ ਨੌਜਵਾਨ ਫੋੜ ਦੇ ਨਾਲ ਕਹਿੰਦੇ ਮੁਕਾਬਲਾ ਫੋੜ ਤੇ ਇੰਦਰਜੀਤ ਇੰਦਰਜੀਤ ਤੇ ਫੋੜ ਲਓ ਲੈ ਵੀ ਪੰਮਿਆ ਕੀ ਇਸ਼ਾਰਾ ਪੰਮਾ ਆਖਦਾ ਵੀ ਇਹ ਨੰਬਰ ਇਸ ਵੇਲੇ ਇੰਦਰਜੀਤ ਸਿੰਘ ਆਪਣੀ ਟੀਮ ਦੇ ਸੇ ਜੁੜ ਗਿਆ ਇੰਦਰਜੀਤ ਪੰਮਿਆ ਵਾਲਾ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਸੇ ਜੁੜਦਾ ਹੋਇਆ ਉਧਰ ਤੇਜ਼ੀ ਬੈਠਾ ਕਹਿੰਦੇ ਨਿਜ਼ਾਮਪੁਰ ਦਾ ਭਾਣਾ ਵਾਪਰਿਆ ਮੇਰੇ ਵੀਰੋ ਲੱਤ ਕੱਟੀ ਗਈ ਸਾਡੇ ਵੀਰ ਦੀ ਖੇਡ ਕਬੱਡੀ ਜਿੰਨਾ ਸਮਾਂ ਰਹੇਗੀ ਉਹਨਾਂ ਸਮਾਂ ਕਹਿੰਦੇ ਨਾ ਗੁੰਜਾ ਜਾਵੇਗਾ ਖੇਡ ਗਰਾਊਂਡ ਵਿੱਚ ਤੇਜ਼ੀ ਨਿਜ਼ਾਮਪੁਰੀ ਦਾ ਜਗਦੀਪ ਖੰਨੇ ਵਾਲਾ ਜਿਸ ਵੀਰ ਦਾ ਖਹਿਰਾ ਪਿੰਡ ਹੈ ਔਰ ਪੱਕੇ ਤੌਰ ਤੇ ਕਹਿੰਦੇ ਸ਼ਹਿਰ ਖੰਨੇ ਦੇ ਵਿੱਚ ਜਾ ਵਸਿਆ ਸਾਡਾ ਵੀਰ ਗਵਾਂਢੀ ਆ ਸਾਡਾ ਜਗਦੀਪ ਸਾਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਉਹਨਾਂ ਦੇ ਵੀਰ ਅਮਨਦੀਪ USA ਤੋਂ ਪੁੱਜੇ ਹੋਏ ਨੇ ਜਿਨ੍ਹਾਂ ਨੇ ਤੇਜ਼ੀ ਨਿਜ਼ਾਮਪੁਰੀ ਦੇ ਲਈ ਜਿਹੜਾ ਕਲੱਬ ਦੇ ਵੱਲੋਂ ਕਹਿੰਦੇ ਮਾਣ ਸਨਮਾਨ ਕੀਤਾ ਜਾਣਾ ਉਹ ਕਲੱਬ ਦੇ ਉਸ ਮਾਣ ਸਨਮਾਨ ਦੇ ਨਾਲ 5100 ਰੁਪਇਆ ਸਾਡੇ ਵੀਰ ਵੱਲੋਂ ਤੇਜ਼ੀ ਨਿਜ਼ਾਮਪੁਰੀ ਨੂੰ ਕਹਿੰਦੇ ਮਾਣ ਸਨਮਾਨ ਦਿੱਤਾ ਜਾਣਾ ਅਮਨਦੀਪ USA ਵਾਲੇ ਵੱਲੋਂ ਜਗਦੀਪ ਦਾ ਵੀਰ ਹੈ ਵੱਡਾ ਧੰਨਵਾਦ ਹੈ ਇੱਧਰ ਮੈਦਾਨ ਵਿੱਚ ਵੇਖੋ ਨੌਜਵਾਨ ਤਾਰੀ ਦੇ ਨਾਲ ਮੁਕਾਬਲਾ ਮੇਰੇ ਵੀਰੋ ਵਾਹ ਓਏ ਨੌਜਵਾਨਾਂ ਕੋਈ ਤਾਰੀ ਆਖਦਾ ਕੋਈ ਤਾਊ ਆਖਦਾ ਇਸੇ ਮੁੰਡੇ ਨੂੰ ਲਓ ਜੇ ਤੇ ਜੱਫਾ ਲੱਗਿਆ ਕਹਿੰਦੇ ਗੱਲ ਵੱਖਰੀ ਹੋ ਜਾਊ ਪਰ ਦੂਜੇ ਪਾਸੇ ਵੇਖੋ ਇਹ ਨੌਜਵਾਨ ਕਹਿੰਦੇ ਤੇਜ਼ੀ ਤਾਰੀ ਮਾਰ ਦਿਓ ਦਰਸ਼ਕੋ ਜ਼ੋਰਦਾਰ ਤਾੜੀ ਮਾਰ ਦਿਓ ਇਸ ਵੱਲੇ ਲਾ ਤਕੜਾ ਜੱਫਾ ਇਹ ਨੌਜਵਾਨ ਕਹਿੰਦੇ ਨੰਬਰ ਆਪਣੀ ਟੀਮ ਦੇ ਸੇ ਜੁੜ ਗਿਆ ਕਿ ਤਾੜੀਆਂ ਜਦ ਵੱਜਦੀਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਨੂੰ ਲੱਗਿਆ ਹੁੰਦਾ ਦੁਨੀਆ ਪੂਜਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆ ਦਾ ਕਿ ਦੁਨੀਆ ਪੂਜਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆ ਦਾ 22 ਅਤੇ 23 ਫਰਵਰੀ ਹੈ ਕਹਿੰਦੇ ਕੁੱਬਿਆਂ ਦੇ ਕਬੱਡੀ ਕੱਪ ਦੀ 22 ਅਤੇ 23 ਫਰਵਰੀ ਹੈ ਕੁੱਬਿਆਂ ਦੇ ਵਿੱਚ ਮੇਰੇ ਵੀਰੋ ਰੌਣਕਾਂ ਲੱਗਣਗੀਆਂ ਕਮਲ ਕੁੱਬਿਆਂ ਵਾਲੇ ਦਾ ਵਿਸ਼ੇਸ਼ ਤੌਰ ਤੇ ਕਹਿੰਦੇ ਬੁਲਟ ਦੇ ਨਾਲ ਮਾਣ ਕੀਤਾ ਜਾਊ ਬਿੱਟੂ ਸਪੇਨ ਵਾਲੇ ਵੱਲੋਂ ਬੁਲਟ ਦੇ ਨਾਲ ਕਹਿੰਦੇ ਮਾਣ ਸਨਮਾਨ ਕੀਤਾ ਜਾਊਗਾ ਕਮਲ ਕੁੱਬਿਆਂ ਵਾਲੇ ਦਾ ਜੱਸੇ ਹੋਣੀ ਮਿੱਠੂ ਹੋਣੀ ਆਖਦੇ ਵੀ ਬਜਨੀ ਵਰਗ ਦੇ ਵਿੱਚ ਮੋਬਾਈਲ ਫੋਨ ਦਿੱਤੇ ਜਾਣਗੇ ਓਪਨ ਦੇ ਵਿੱਚ 3 ਪ੍ਰਾਈਜ਼ ਹੋਣਗੇ ਬੈਸਟ ਸਟੇਟ ਔਰ ਜਾਫੀ ਲਈ ਕਹਿੰਦੇ LED ਆਈਡੀਆਂ ਦਿੱਤੀਆਂ ਜਾਣਗੀਆਂ ਪਮਿਆਂ ਦੀ ਟੀਮ ਪਹਿਲੇ ਮੈਚ ਦੀ ਜੇਤੂ ਟੀਮ ਹੈ ਜੀ ਨੋਟ ਕਰ ਲਿਓ ਪਮਿਆਂ ਦੀ ਟੀਮ ਜਿਹੜੀ ਪਹਿਲੇ ਮੈਚ ਦੀ ਜੇਤੂ ਟੀਮ ਹੈ ਡੇਰਾ ਬਾਬਾ ਮਤੋਈ ਵਰਸ ਜਰਗੜੀ ਇਹ ਵੀ ਦੋਨੋਂ ਟੀਮਾਂ ਗਰਾਊਂਡ ਦੇ ਨੇੜੇ ਆ ਜਾਣ ਡੇਰਾ ਬਾਬਾ ਮਤੋਈ ਵਰਸ ਜਰਗੜੀ ਦਾ ਮੈਚ ਖੇਡਿਆ ਜਾਣਾ ਸਾਡੇ ਦਰਮਿਆਨ ਸਰਦਾਰ ਜਗਜੀਵਨ ਸਿੰਘ ਜੀ ਖੇਡਦੇ ਆ ਸਾਬਕਾ MLA ਹਲਕਾ ਸਮਰਾਲਾ ਪਹੁੰਚੇ ਨੇ ਉਹਨਾਂ ਨੂੰ ਇੱਥੇ ਪਹੁੰਚਣ ਤੇ ਨਿੱਘੀ ਜੀ ਆਇਆਂ ਉਹਨਾਂ ਦੇ ਨਾਲ ਸਰਦਾਰ ਸੁਖਵਿੰਦਰ ਸਿੰਘ ਜੀ ਨਾਗਰਾ ਚੇਅਰਮੈਨ ਬਲਾਕ ਸਮਿਤੀ ਸਮਰਾਲਾ ਨਾਲ ਹੀ ਸਰਦਾਰ ਬੇਅੰਤ ਸਿੰਘ ਜੀ ਬਲਾਲਾ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਡੇ ਦਰਮਿਆਨ ਪਹੁੰਚੇ ਨੇ ਨਿੱਘੀ ਜੀ ਆਇਆਂ ਅੱਜ ਦੇ ਇਸ ਕਬੱਡੀ ਕੱਪ ਤੇ ਪਹੁੰਚਣ ਤੇ ਸਮੁੱਚੇ ਗੁਰੂ ਨਾਨਕ ਸਪੋਰਟਸ ਕਲੱਬ ਦੇ ਵੱਲੋਂ ਸਮੁੱਚੀ ਗ੍ਰਾਮ ਪੰਚਾਇਤ ਪਿੰਡ ਖੈਰੇ ਦੇ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਦੇ ਵੱਲੋਂ ਸਰਦਾਰ ਜਗਜੀਵਨ ਸਿੰਘ ਜੀ ਖੀਰਨੀਆ ਸਾਬਕਾ MLA ਹਲਕਾ ਸਮਰਾਲਾ ਇਹਨਾਂ ਨੂੰ ਅੱਜ ਦੇ ਇਸ ਖੇਡ ਮੇਲੇ ਤੇ ਪਹੁੰਚਣ ਤੇ ਨਿੱਘੀ ਜੀ ਆਇਆਂ ਆਖਦੇ ਆ ਉੱਥੇ ਹੀ ਧੰਨਵਾਦ ਕਰਦੇ ਆ ਲੋਹਾਰੇ ਗਰੁੱਪ ਦਾ ਨਾਲ ਹੀ ਧੰਨਵਾਦ ਹੈ ਖਵਾਣੋ ਗਰੁੱਪ ਦਾ ਤੇ ਸਹਿਜੋ ਮਾਜਰੇ ਗਰੁੱਪ ਦਾ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਸਹਿਜੋ ਮਾਜਰਾ ਸੁਖਵਿੰਦਰ ਸਿੰਘ ਜੀ ਹੋੜ ਸਰਬਜੀਤ ਸਿੰਘ ਜੀ ਜੀਤੀ ਦੀਪਕ ਵਰਮਾ ਜੀ ਤੇ ਲੋਹਾਰੇ ਗਰੁੱਪ ਤੋਂ ਸਰਦਾਰ ਪਰਮਜੀਤ ਸਿੰਘ ਜੀ ਲੋਹਾਰਾ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਇੱਕ ਵਾਰੀ ਫੇਰ ਅੱਜ ਦੇ ਇਸ ਕਬੱਡੀ ਕੱਪ ਤੇ ਪਹੁੰਚਣ ਤੇ ਨਿੱਘੀ ਜੀ ਆਇਆ ਮਾਈਕ ਤੇ ਸਾਡੇ ਦਰਮਿਆਨ ਟੋਨੀ ਕਾਲਕ ਜੀ ਸੁਰਿੰਦਰਪਾਲ ਜੀ ਟੋਨੀ ਕਾਲਕ
ਜਿਹੜੇ ਕਿ ਪੰਜਾਬ ਕਬੱਡੀ ਫੈਡਰੇਸ਼ਨ ਦੇ ਬਹੁਤ ਹੀ ਸਤਿਕਾਰਯੋਗ ਅਹੁਦੇਦਾਰ ਨੇ ਸਾਡੇ ਦਰਮਿਆਨ ਪਹੁੰਚੇ ਨੇ ਟੋਨੀ ਕਾਲਖ ਜੀ ਕਬੱਡੀ ਅਕੈਡਮੀ ਵੀ ਚਲਾਉਂਦੇ ਨੇ ਬਹੁਤ ਹੀ ਵੱਡਾ ਨਾਂ ਕਬੱਡੀ ਦੇ ਖੇਤਰ ਚ ਸੁਰਿੰਦਰਪਾਲ ਸਿੰਘ ਜੀ ਟੋਨੀ ਕਾਲਖ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਉਹਨਾਂ ਨੂੰ ਹਾਰਦਿਕ ਸਵਾਗਤ ਕਰਕੇ ਐਸਕੌਰਟ ਕਰਕੇ ਮੈਚ ਤੇ ਲੈ ਕੇ ਆ ਰਹੇ ਨੇ ਸਰਦਾਰ ਅਮਰਜੀਤ ਸਿੰਘ ਜੀ ਕਾਕਾ ਖਹਿਰਾ ਡੀਐਸਪੀ ਸਾਹਿਬ ਨਾਲ ਹੀ ਤਪਿੰਦਰ ਸਿੰਘ ਜੀ ਬਾਬੂ ਇੰਦਰਜੀਤ ਸਿੰਘ ਜੀ ਪੱਪੀ ਖਹਿਰਾ ਮਨਦੀਪ ਸਿੰਘ ਜੀ ਤੇਜਵੰਤ ਸਿੰਘ ਜੀ ਬੱਬਲ ਜਗਜੀਤ ਸਿੰਘ ਜੀ ਜੱਗੀ ਤੇ ਸਰਪੰਚ ਤੇਜਿੰਦਰ ਸਿੰਘ ਜੀ ਨੰਦ ਆਏ ਹੋਏ ਸਾਰੇ ਪਤਵੰਤ ਤੇ ਸੱਜਣਾਂ ਨੂੰ ਸਕਾਊਟ ਕਰਕੇ ਮੈਚ ਤੇ ਲੈ ਕੇ ਆਉਂਦੇ ਹੋਏ ਮਾਈਕ ਤੇ ਅਗਲੀ ਗੱਲ ਬੱਬੂ ਖਹਿਰਾ ਜੀ ਹੈਲੋ ਬਹੁਤ ਬਹੁਤ ਧੰਨਵਾਦ ਯਾਦਵਿੰਦਰ ਸਿੰਘ ਜੀ ਚੰਡਿਆਲਾ ਜੀ ਆਉਂਦਾ ਉਧਰ ਮੈਂ ਵੇਖਦਾ ਵੀ ਪਿੰਦਰ ਕਾਲਖ ਵਾਲਾ ਸਾਡਾ ਵੀਰ ਨਾਲ ਹੀ ਅਮਨਾ ਲੋਪੋ ਰੁਪਿੰਦਰ ਜਲਾਲ ਪੰਜਾਬ ਦੀ ਮਸ਼ਹੂਰ ਜੋੜੀ ਹੈ ਕਬੱਡੀ ਦੀ ਕਮੈਂਟਰੀ ਦੀ ਇਹਨਾਂ ਵੀਰਾਂ ਦੀ ਬੜੀ ਲੰਮੇ ਸਮੇਂ ਤੋਂ ਕਹਿੰਦੇ ਵੇਟ ਸੀ ਇਸ ਕਬੱਡੀ ਕੱਪ ਤੇ ਬੜਾ ਲੰਮਾ ਜਿਹੜਾ ਇੰਤਜ਼ਾਰ ਸੀ ਸਾਡੇ ਵੀਰ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਜਿਹੜੇ ਪੁੱਜ ਚੁੱਕੇ ਆ ਬਹੁਤ ਬਹੁਤ ਧੰਨਵਾਦ ਹੈਲੋ ਮੈਂ ਬੇਨਤੀ ਕਰਾਂ ਹਾਂਜੀ ਜੰਗੀਆਣਾ ਦੇ ਬਿਲਗੇ ਦਾ ਮੈਚ ਇੱਕ ਲਿਖ ਲਿਓ ਓਕੇ ਓਕੇ ਮੈਂ ਬੇਨਤੀ ਕਰਾਂ ਸਾਡੇ ਕਲੱਬ ਦੇ ਮੈਂਬਰਾਂ ਨੂੰ ਵੀ ਉੱਧਰ ਆਪਾਂ ਵੀਰਾਂ ਨੂੰ ਜਿਹੜਾ ਮੇਨ ਮੰਚ ਦੇ ਉੱਤੇ ਲੈ ਕੇ ਆਈਏ ਅਮਨ ਲੋਪੋ ਰੁਪਿੰਦਰ ਜਲਾਲ ਨਾਲ ਪਿੰਦਰ ਕਾਲਖ ਵਾਲਾ ਖੇਡ ਕਬੱਡੀ ਦਾ ਜਿੱਥੇ ਸਾਡੇ ਵੀਰ ਨੇ ਤਕੜੀ ਕਬੱਡੀ ਖੇਡੀ ਹੈ ਉੱਥੇ ਦਸ਼ਮੇਸ਼ ਕਬੱਡੀ ਕਲੱਬ ਕਾਲਖ ਦੀ ਟੀਮ ਦੇ ਮੇਰੇ ਵੀਰੋ ਮੇਨ ਆਰਗੇਨਾਈਜ਼ਰਾਂ ਵਿੱਚ ਕਹਿੰਦੇ ਵੱਡਾ ਨਾਮ ਹੈ ਸਾਡੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਯਾਰੀ ਬਗਾਈ ਯਾਰੀ ਅੱਜ ਕਹਿੰਦੇ ਪੱਪੀ ਖਹਿਰਿਆਂ ਵਾਲੇ ਦੇ ਨਾਲ ਜਿੱਦਾਂ ਪਹਿਲਾਂ ਆਪਾਂ ਵੇਖਿਆ ਵੀ ਤਰਨਾ ਜੋਧਾਂ ਵਾਲਾ ਨਾਲ ਸਾਡੇ ਵੀਰ ਮਾਨਕੁਣੀ ਵਿਸ਼ੇਸ਼ ਤੌਰ ਤੇ ਪੁੱਜੇ ਉੱਥੇ ਸੁਖਜੀਤ ਲਾਲੀ ਹੜੈਚਿਆਂ ਵਾਲਾ ਵੀ ਸਾਡਾ ਵੀਰ ਪੁੱਜਿਆ ਲਓ ਇੱਧਰ ਖੇਡ ਮੈਦਾਨ ਵਿੱਚ ਵੇਖੀ ਆਪਾਂ ਇਹ ਨੌਜਵਾਨ ਕਹਿੰਦੇ ਚੈਨਾ ਰੋਡੀ ਵਾਲ ਪਿੰਡ ਦਾ ਮਲੇਰਕੋਟਲੇ ਦੇ ਏਰੀਏ ਦਾ ਖਿਡਾਰੀ ਰੋਡੀ ਵਾਲੀ ਆ ਚੈਨਾ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਇਸੇ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਮੈਂ ਵੇਖਦਾ ਵੀ ਛੋਟੀ ਉਮਰ ਇਸੇ ਨੌਜਵਾਨ ਦੀ ਮੇਰੇ ਵੀਰੋ ਕਾਲੇ ਨੇ ਕਬੱਡੀ ਪਾ ਦਿੱਤੀ ਹੈ ਇੱਧਰ ਗੁਰਜੀਤ ਸਿੰਘ ਰੁੜ ਕੇ ਪਿੰਡ ਦਾ ਡੇਲੋਂ ਲਾ ਕੇ ਪਿੰਡ ਕਹਿੰਦੇ ਇਸੇ ਨੌਜਵਾਨ ਦਾ ਮੇਰੇ ਵੀਰੋ ਹੈਪੀ ਦਾ ਪਿੰਡੂ ਕੋਸ਼ਿਸ਼ ਕਰਦਾ ਜੱਫਾ ਲਾਉਣ ਦੀ ਪਰ ਇਹ ਨੰਬਰ ਮੈਂ ਵੇਖਦਾ ਵੀ ਫਿਰ ਫੁੱਲਾਂ ਵਾਲ ਦੀ ਟੀਮ ਦੇ ਇਸੇ ਜੁੜਦਾ ਹੋਇਆ ਜਿੰਦਰ ਟੱਟਾਂ ਵਾਲੇ ਦੇ ਕਹਿੰਦੇ ਤਿਆਰ ਕੀਤੇ ਹੋਏ ਨੌਜਵਾਨ ਨੇ ਮੇਰੇ ਵੀਰੋ ਫੁੱਲਾਂ ਵਾਲੀਏ ਲਓ ਜਗਵੀਰ ਸਿੰਘ ਗਿੱਲ ਪਰਿਵਾਰ ਦਾ ਗੱਭਰੂ ਇਸੇ ਨੌਜਵਾਨ ਦਾ ਵੱਡਾ ਵੀਰ ਕਹਿੰਦੇ ਯੂਐਸਏ ਵਿੱਚ ਜਾ ਵਸਿਆ ਔਰ ਛੋਟਾ ਵੀਰ ਕਹਿੰਦੇ ਕਬੱਡੀ 75 ਕਿਲੋ ਦਾ ਸਟਾਰ ਰੇਡਰ ਹੈ ਜੱਗਾ ਬਟਾਰੀ ਪਿੰਡ ਦਾ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਵੀਰੋ ਬਟਾਰੀ ਵਾਲੇ ਜਗਵੀਰ ਸਿੰਘ ਜੱਗੇ ਦੀ ਪੈਂਦੀ ਕਬੱਡੀ ਉਧਰ ਚਾਰ ਜਾਫੀਆਂ ਦੇ ਵਿੱਚੋਂ ਲਓ ਫੁੱਲਾਂ ਵਾਲੀ ਇਹ ਸ਼ਿੰਦਰੀ ਦਾ ਪਿੰਡੂ ਟਰਾਈ ਕਰਦਾ ਪਰ ਮੈਂ ਵੇਖਦਾ ਵੀ ਇਹ ਨੰਬਰ ਜੱਗਾ ਆਪਣੀ ਟੀਮ ਦੇ ਇਸ ਜੁੜਦਾ ਹੋਇਆ ਉਧਰ ਖਮਾਣੋ ਗਰੁੱਪ ਵਾਲੇ ਸਾਡੇ ਵੀਰ ਜਿਨ੍ਹਾਂ ਵੱਲੋਂ 25,000 ਰੁਪਏ ਦੇ ਕਹਿੰਦੇ ਯੋਗਦਾਨ ਪਾਏ ਗਏ ਨੇ ਸਰਦਾਰ ਸਰਬਜੀਤ ਸਿੰਘ ਜੀ ਜੀਤੀ ਨਾਲ ਦੀਪਕ ਵਰਮਾ ਜੀ ਇਕਬਾਲ ਸਿੰਘ ਜੀ ਕੰਗ ਪਾਲੀ ਮੋਹਾਲੀ ਜੀ ਨਾਲ ਹੀ ਲੋਹਾਰਾ ਗਰੁੱਪ ਤੋਂ ਪਰਮਜੀਤ ਸਿੰਘ ਜੀ ਲੋਹਾਰਾ ਚੇਅਰਮੈਨ ਸਾਹਿਬ ਗੋਰਖਾ ਲੋਹਾਰਾ ਜੀ ਦਵਿੰਦਰ ਲੋਹਾਰਾ ਰਾਜੂ ਲੋਹਾਰਾ ਇਹਨਾਂ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੱਸੇ ਉਹਨਾਂ ਦਾ ਨਾਲ ਗੱਗੂ ਲੋਹਾਰਾ ਜੀ ਸੁਖਪ੍ਰੀਤ ਲੋਹਾਰਾ ਪਾਲਾ ਲੋਹਾਰਾ ਜੀ ਮਲਕੀ ਲੋਹਾਰਾ ਜੱਸਾ ਲੋਹਾਰਾ ਜੀ ਉੱਥੇ ਸਹਿਜੋ ਮਾਜਰਾ ਗਰੁੱਪ ਤੋਂ ਸਾਡੇ ਵੀਰ ਅੰਮ੍ਰਿਤਪਾਲ ਸਹਿਜੋ ਮਾਜਰਾ ਸੁਖਵਿੰਦਰ ਸਿੰਘ ਜੀ ਫੋਰ ਸਾਹਿਬ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਧਰ ਮੈਦਾਨ ਦੇ ਵਿੱਚ ਵੇਖੋ ਚੈਨਾ ਰੋਡੀ ਵਾਲ ਪਿੰਡ ਦਾ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਸੀਗੇ ਲੋਹਾਰਾ ਗਰੁੱਪ ਵੱਲੋਂ ਇਸੇ ਮੈਚ ਦੀ ਜੇਤੂ ਟੀਮ ਲਈ 100 ਰੁਪਏ ਦੇ ਮਾਨ ਸਨਮਾਨ ਜਿਹੜੇ ਦਿੱਤੇ ਜਾਣਗੇ ਲੋਹਾਰਾ ਗਰੁੱਪ ਵੱਲੋਂ ਲਓ ਨੌਜਵਾਨ ਕਾਕੇ ਦੀ ਕਬੱਡੀ ਕੜਿਆਣੇ ਵਾਲਾ ਗੱਲ ਕਰੂ ਇਸ ਨੌਜਵਾਨ ਕਾਕੇ ਦੀ ਪੈਂਦੀ ਕਬੱਡੀ ਦੀ ਲਓ ਫੁੱਲਾਂ ਵਾਲ ਦੀ ਧਰਤੀ ਦਾ ਕਾਕਾ ਇਸ ਵੇਲੇ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੈ ਜਿਸ ਨਗਰ ਦੇ ਕਹਿੰਦੇ ਸ਼ਿੰਦਰੀ ਦਾ ਨਾਮ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਹੋਇਆ ਕਬੱਡੀ ਦੇ ਖੇਤਰ ਦੇ ਵਿੱਚ ਸਰਪੰਚ ਇੰਦਰਜੀਤ ਸਿੰਘ ਫੁੱਲਾਵਾਲ ਨੇ ਕਹਿੰਦੇ ਤਕੜੀ ਕਬੱਡੀ ਖੇਡੀ ਹੈ ਲਓ ਉਸੇ ਪਿੰਡ ਦੇ ਨੌਜਵਾਨ ਵੀ ਮਾੜੂ ਫੁੱਲਾਂ ਵਾਲੀਆ ਕਹਿੰਦੇ ਅੱਜ ਕੱਲ੍ਹ ਬਾਬਾ ਮਹਿੰਦਰ ਸਿੰਘ ਕਬੱਡੀ ਅਕੈਡਮੀ ਲੇਤਰਾਂ ਦੀ ਅਕੈਡਮੀ ਲਈ ਕਹਿੰਦੇ ਬਹੁਤ ਤਕੜੀ ਕਬੱਡੀ ਪਾਉਂਦਾ ਹੈ ਲਓ ਦੂਜੇ ਪਾਸੇ ਆਪਾਂ ਵੇਖਦੇ ਹਾਂ ਇਹ ਨੌਜਵਾਨ ਜੱਗਾ ਬਟਾਰੀ ਪਿੰਡ ਦਾ 73 ਕਿਲੋ ਭਾਰ ਵਰਗ ਦੇ ਵਿੱਚ ਪਹਿਲਾਂ ਕਹਿੰਦੇ ਸ਼ਾਨਦਾਰ ਕਬੱਡੀ ਪਾਈ ਹੁਣ ਓਪਨ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਇਸ ਵੇਲੇ ਨੌਜਵਾਨ ਪੂਰੀ ਟਰਾਈ ਕਰਦਾ ਕਹਿੰਦੇ ਇੱਕ ਕਬੱਡੀ ਦੇ ਲਈ ਲਓ ਵੇਖੋ ਸਾਹਮਣੇ ਇਸ ਵੇਲੇ ਰੋਡੀਵਾਲ ਦੀ ਧਰਤੀ ਦਾ ਚੜ੍ਹਦੀ ਬਰੇਸ ਦਾ ਆਫੀ ਹੈ ਲਓ ਮੁੱਛ ਫੁੱਟ ਗੱਭਰੂ ਹੈ ਹੰਦੇ ਦੂਰ ਨੇ ਕਿ ਪਾਇਆ ਨਾਗਮਲ ਜਿਵੇਂ ਪੱਕੀ ਰੱਸੀ ਦਾ ਇਹ ਆਫੀ ਵੀ ਚੋਟੀ ਦਾ ਖਿਡਾਰੀ ਦੱਸੀ ਦਾ ਮੇਣੋ ਮੇਣੀ ਹੁੰਦੇ ਜਾਂਦੇ ਨੇ ਇੱਕ ਸੀਟ ਦੇ ਉੱਠੋ ਮਿੱਤਰਾ ਪਲ ਜਾਂਦੇ ਹੁਣ ਵੀਰ ਦੇ ਕਿ ਉੱਠੋ ਮਿੱਤਰਾ ਪਲ ਜਾਂਦੇ ਹੁਣ ਵੀਰ ਦੇ ਵਾਹ ਤਾੜੀਆਂ ਮਾਰਦੇ ਨੇ ਉੜੀਸਾ ਪਰ ਸਮਾਂ ਬੀਤੇ ਹੈ ਸਮਾਂ ਸਮਾਂ ਸਮਰੱਥ ਹੈ ਤਮਾ ਬਵਾਣੀ ਵਾਲਾ ਆਖਦਾ ਵਾਹ ਰੌਲਾ ਪੈ ਗਿਆ ਸਪੈਂਡ ਦਾ ਰੈਫੀ ਦਾ ਹੌਸਲਾ ਟੱਲ ਹੈ ਮੇਰੀ ਬੇਨਤੀ ਹੈ ਕੋਈ ਵੀ ਖਿਡਾਰੀ ਰੈਫੀ ਨਾਲ ਕਿੰਤੂ ਪ੍ਰੰਤੂ ਨਾ ਕਰੇ ਡੇਰਾ ਬਾਬਾ ਮਤੋਈ ਤੇ ਜਰਗੜੀ ਅਗਲਾ ਮੈਚ ਆਉਣਾ ਉਸ ਵਾਰ ਘਲੋਟੀ ਤੇ ਖੱਟਣਾ ਲਾਟੋ ਤੇ ਡੇਰਾ ਬਾਬਾ ਸਾਈਂ ਦਾਸ ਖੱਟਣਾ ਇਹ ਟੀਮਾਂ ਦੇ ਖਿਡਾਰੀ ਜਿਹੜੇ ਮੇਰੀ ਵੀਰਿਓ ਸਮੇਂ ਨਾਲ ਮੈਦਾਨ ਦੇ ਵਿੱਚ ਪੁੱਜਣਗੇ ਸਮੇਂ ਨਾਲ ਮੈਦਾਨ ਦੇ ਵਿੱਚ ਪੁੱਜਣਗੇ ਲਓ ਵੇਖੋ ਉਸ ਵੇਲੇ ਜੱਗਾ ਬਟਾਰੀ ਵਾਲਾ ਸਿੱਖ ਸਰਦਾਰ
सिख पंथ नूं कायम रखण दे लई गुरु साहब ने जोड़ा पुत्रां दा इत्थे वार दिता। पहला तोड़िया जंग विच अजीत पुत्र, फिर जुझार नूं वी कहिंदे जंग दे मैदान विच उतार दिता। एक थापड़ा तोड़िया कहिंदे जंग अंदर शहबजादा ने मुगलां दा दिल हिला दिता। सवा सवा लख ना लड़े सूरमे जिन्हें मुगलों का कहर मुका दिता के धन कुर्बानी है मेरे दशमेश पिता की जिन्हें जिगर के टोटे वार के कौम को बचा दिता। कोई दे नहीं दे सकता दशम पिता महाराज का मेरी वीरियो सिक्की सिदक की गल तुरदी है जो सिख सरदार खिलाड़ी खेलते हैं। इधर रोडीवाल पिंड का मेरी वीरियो चढ़ती रेस का जाफी इस वेले बहुत ही तकड़ा जफा ला के प्राण जरा अपनी टीम के हिस्से जुड़ता है। दशमेश कबड्डी क्लब कालख दे लई खेलदा यह नौजवान कहिंदे कबड्डी कप चाइना रोडीवाल पिंड दा। एक चाइना कहिंदे हरजीत बराड़ दे समय दा के मारे गए चाइना होए हरजीत ने आख्या सी जांदी वारी तेनू चेते कर करके बराड़ा रोंदी दुनिया सारी लोक यह चाइना थोड़े सामने कबड्डी पाउंदा है। और दूसरे पासे कहिंदे पाठी आखदे प्यार दे नाल इस नौजवान नूं लो पाठी दी ट्राई है पर ये पॉइंट चाइना रोडीवाल पिंड दा। उधर सरदार सुरेंद्रपाल टोनी कालख जी क्योंकि डीएसपी सरदार अमरजीत सिंह काका खैरा हुशियार सिंह खैरा मगर सिंह खैरा इन्होंने कट्ठे कबड्डी खेडी है। सरदार सुरेंद्रपाल टोनी कालख वाले उत्थे पिंदर कालख नाल ही कहिंदे जोड़ी मशहूर हुई कबड्डी विच मेरे वीरो भूपिंदर जलाल ते अमन लोपों वाला साडे सत्कार जो वीर ने दुनिया के महान बुलारे कबड्डी के लो उन्हों का भी धन्यवाद है। इधर गुरजीत रुड़के वाला ये नौजवान भी कहिंदे कनेडा खेडे कबड्डी नूं लो बहुत ही शानदार जफा ला के पॉइंट जिहड़ा अपनी टीम के हिस्से जुड़ता है। उधर साडा वीर सेवक तरीकिआं वाला और नाल उस वीर दे पुज्जे होए वीर साडे सारा दा धन्यवाद। जिंदर टट्टां वाला तरन योद्धा वाला मानक योद्धा वाला उधर बिकर सिंह नत्त मछवाड़ा साहब दे मंजोटा कहिंदे विशेष सन्मान किया जाणा है उत्थे इसे नगर दे साडे सत्कारयोग वीर ने नाल ही कहिंदे बिकर सिंह नत्त उन्हां दा विशेष सन्मान किया जाणा है। इधर लाडी दी पैंदी होई कबड्डी उधर पितपाल सिंह दी ओल यूएसए विच बैठे होए है एक एक कबड्डी दे नाल जुड़े होए है कबड्डी 365.com दे जरिए उन्हां वल्लों बहुत सारा माण है। कबड्डी ओपन का पहला इनाम स्पॉन्सर किया गया है कहिंदे प्रितपाल सिंह दियोल यूएसए विच वसदे है उत्थे साडे यूएसए विच बैठे हुए सारे वीरां दा धन्नवाद है बहुत सारा माण है इस खेड मेले के वास्ते। ला मैदान में फिर आप देखते भी नौजवान रोडी वाले अगली कबड्डी पाने के लिए वधे हुए कीपा सेखो जिन्हां वल्लों फुल्लावाल की टीम लई 500 दे मान पुजे है कीपा सेखो का बहुत बहुत धन्यवाद है 500 दे मान पुजे है विशेष तौर पर धन्यवाद करते हैं। ला इधरले पासे चढ़ती बरेस है गबरू की फुल्लावाल पिंड है और दूजे पासे गबरू ला पूरी कोशिश करता होया हंधे नीधी खुंदे आ रहे ने समा बीता जा रहा है। लाओ पॉइंट आपां वेखदे वी फिर मैदान दे विच रोडीवाल दी टीम दे हिस्से जुड़े है। लाओ मैच समाप्त है रोडीवाल दी टीम इस मुकाबले दी जेतू टीम है रोडीवाल दी टीम। उधर सरदार जगजीत सिंह जी खेलनी है साबका विधायक हलका समनाला 22 फरवरी महीने की तरीक है कहते मालवा स्पोर्ट्स एसोसिएशन वालों मालवा कल बंद लिए समराले के खेड मैदान जिथे बहुत बड़िया खेड हर साल की हो रही है 22 फरवरी मालवा कल बंद लिए।